ਵੇਖਣ ਵਾਲਾ ਮੁਕਾਬਲਾ ਵੇਖਣ ਵਾਲਾ ਉਹ ਵੱਜ ਗਏ ਲਲਕਾਰੇ, ਵੱਜ ਗਏ ਲਲਕਾਰੇ ਸਿਰਾ ਉਹ ਜੀਰੂ ਜੀਰੂ ਸਵਾਦ ਆਇਆ ਇੱਕ ਵਾਰੀ ਤਾੜੀਆਂ ਮਾਰ ਗਿਆ ਮੇਰੇ ਪੰਜਾਬੀ ਵੀਰੋ ਉਹ ਰਾਜਪੂਤ ਲਈ ਇੱਕ ਵਾਰੀ ਤਾੜੀਆਂ ਮਾਰੋ ਮੇਰੇ ਪੰਜਾਬੀ ਵੀਰੋ ਜ਼ੋਰਦਾਰ ਭਰਾ ਬਣ ਕੇ ਪੈਸੇ ਹੱਥ ਵਿੱਚ ਦਿਓ ਜੀ ਔਰ ਰਾਜਪੂਤ ਲਈ ਇੱਕ ਕਰਦਾ ਹੈ ਉਧਰ ਪੈ ਗਈਆਂ ਪੁੱਠੀਆਂ ਉਧਰ ਦੇਖੋ ਸਾਹਮਣੇ ਫੁੱਟਰ ਦਾ ਸ਼ੇਰ ਉਹ ਸਾਹਿਬ ਜੜ ਦਾ ਪੁੱਤ ਔਰ ਰਾਣਾ ਅਬਦੁੱਲਾ ਯੂਕੇ ਵਾਲਾ ਤੇਰਾ ਪਿਆਰਾ ਵਾਲਾ ਉਹਨਾਂ ਦਾ ਸ਼ੇਰ ਸ਼ਗਿਰਦ ਰਾਸ਼ਦ ਇਹਨੂੰ ਛੇੜ ਕੇ ਕਿਸੇ ਨੇ ਕੀ ਜਾਣਾ ਬਣ ਜਾਂਦਾ ਹੈ ਲੋਕਣੇ ਰੇਡ ਪਾਉਣ ਲਈ ਫੇਰ ਪਰ ਨਫੀਸ ਗੁਜਰ ਉਹ ਬਾਬੇ ਜਾਨੇ ਦਾ ਸ਼ੇਰ ਖੁੱਲ ਗਿਆ ਮੈਦਾਨ ਵਿਚਾਰੇਰ ਸਲਾਮਤ ਰੱਖੇ ਜ਼ਿੰਦਾਬਾਦ ਜੀ ਜਨਾਬ ਅਸਲਮ ਨੰਬਰਦਾਰ ਜੀ ਲੋ ਮੇਰੇ ਵਾਸਤੇ ਚੇਚਾ ਤੌਰ ਤੇ 2000 ਰੁਪਏ ਦਾ ਇਨਾਮ ਹੈ ਪਿਆਰ ਬਾਦ ਪਿਆਰ ਖੜਾ ਹੋਇਆ ਇੱਕ ਵਾਰੀ ਪੰਜਾਬੀ ਵੀਰਿਓ ਤਾੜੀਆਂ ਮਾਰ ਦਿਓ ਮੇਰੇ ਵੀਰਿਓ ਪਹਿਲੀ ਰੇਡ ਸਾਹਮਣੇ ਪਾਉਣ ਲਈ ਕਲੀਮੁੱਲਾ ਜੱਟ ਆਇਆ ਹੋਇਆ ਅਗਲੇ ਪਾਸੇ ਨਫੀਸ ਗੁੱਜਰ ਸਟਾਈਲਿਸ਼ ਲਾਲਾ ਜਫਰ ਕੰਬੋ ਸਾਹਮਣੇ ਜਾਫਰ ਕੰਬੋ ਦਾ ਭਰਾ ਹੋਇਆ ਛਿੱਬੇ ਥੇੜੇ ਦੀ ਟੀਮ ਦਾ ਬ੍ਰਾਂਡ ਜਾਫੀ ਬਈ ਨੰਬਰ ਇਸ ਟਾਈਮ ਕਹਿੰਦੇ ਬਈ ਜੱਟ ਦਾ ਆ ਵੀਰਿਓ ਜੀ ਕਬੱਡੀ ਪਾਉਣ ਵਾਸਤੇ ਮੈਦਾਨ ਦੇ ਵਿੱਚ ਇੱਕ ਵਾਰੀ ਫੇਰ ਵੱਟੂਆਂ ਦਾ ਪੁੱਤ ਚਾਚੇ ਇਕਬਾਲ ਵੱਟੂ ਦਾ ਪੁੱਤਰ ਤੁਰ ਪਿਆ ਕੌਡੀ ਕੌਡੀ ਕਰਦਾ ਮੁੰਡਾ ਇੱਕ ਵਾਰੀ ਫੇਰ ਭਾਇਆ ਜੱਟ ਜੀ ਮੁੰਡੇ ਦੀ ਕੌਡੀ ਵੇਖਿਓ ਬਾਬੇ ਰਮਜ਼ਾਨ ਗੁੱਜਰ ਦਾ ਸ਼ੇਰ ਅਗਲੇ ਬੰਦੇ ਨਿਕਲਿਆ ਚੱਕਿਆ ਭਾਰ ਤੋਲਦਾ ਪਿਆ ਜਾਫੀ ਰਾਸ਼ਦ ਮਲਕ ਆਤਮ ਜਕੂਬ ਚੀਮਾ ਸਦਕੇ ਸਦਕੇ ਫਜ਼ਲਿਆ ਗੁੱਜਰ ਦੱਸੇਗਾ ਨੰਬਰ ਕਿੱਧਰ ਗਿਆ ਨੰਬਰ ਰੇਡਰ ਦੇ ਖਾਤੇ ਨੰਬਰ ਕਬੱਡਰ ਦੇ ਖਾਤੇ ਕੌਡੀ ਕੌਣ ਪਾਏਗਾ ਭਾਈ ਅਹਿਮਦ ਭਾਈ ਅਹਿਮਦ ਮਲਕ ਅਹਿਮਦ ਸਾਹਿਬ ਪਲੀਜ਼ ਬਹਿ ਕੇ ਭਾਈ ਅਹਿਮਦ ਬਹਿ ਕੇ ਮੈਂ ਕੁਰਸੀ ਤੇ ਜਾਂ ਬਹਿ ਜਾਓ ਜ਼ਿੰਦ ਮੈਂ ਖੁਦ ਬਹਿ ਗਿਆ ਇੰਜ ਨਾ ਕਰਿਓ ਅੱਲਾਹ ਤੈਨੂੰ ਸਲਾਮਤ ਰੱਖੇ ਹਾਜੀ ਸਾਹਿਬ ਜ਼ਿੰਦਾਬਾਦ ਜੀ ਭਾਈ ਨਾਜੀ ਸਾਹਿਬ ਅਸਲਾਮ ਅਲੈਕਮ ਲੋ ਬੱਬੀ ਜੱਟ ਵੀ ਗੇੜੇ ਕੱਢਦਾ ਫਿਰਦਾ ਹੰਦਿਆਂ ਕੋਲ ਕਹਿੰਦੇ ਬੱਬੀ ਘੱਟ ਰਹੀ ਹੈ ਨਾਜੀ ਜੱਟ ਦਾ ਪੁੱਤਰ ਸਾਡਾ ਭਤੀਜ ਵੀ ਅਲੀ ਨਵਾਜ਼ ਬਣਿਆ ਚ ਵੀ ਸਾਡੇ ਗਰਾਊਂਡ ਦੀ ਰੌਣਕ ਬਹੁਤ ਸ਼ੁਕਰੀਆ ਠੀਕ ਹੋ ਗਿਆ ਜੀ ਇੱਧਰਲੇ ਬੰਨੇ ਮੀਆਂ ਆਬਦ ਸਾਹਿਬ ਵੱਲੋਂ ਮੇਰੇ ਵਾਸਤੇ ਇਨਾਮ ਹੈ ਜਨਾਬ ਦੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ ਸੋ ਥੈਂਕਸ ਲਵ ਯੂ ਵੈਰੀ ਵੈਰੀ ਮੱਚ ਔਰ ਮਲਕ ਅਬਦੁਲ ਕਦੂਸ ਅਵਾਨ ਸਾਹਿਬ ਜਨਾਬ ਵੱਲੋਂ ਚੇਚਾ ਤੌਰ ਤੇ ਟੀਮ ਨੇ ਵਿਨ ਕੀਤਾ ਮੇਰੇ ਵਾਸਤੇ 20,000 ਰੁਪਏ ਦਾ ਇਨਾਮ ਜਨਾਬ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਅਬਦੁਲ ਕਦੂਸ ਮੂਨ ਅਮਾਨ ਕਬੱਡੀ ਪਾਉਣ ਵਾਸਤੇ ਬੱਬੀ ਜੱਟ ਇੱਕ ਕਰੀ ਫਿਰ ਸ਼ੇ ਚੱਕ ਚੌਧਰੀ ਵਾਲਾ ਉਸਤਾਦ ਨਵਾਜ਼ ਬਾਜਾ ਉਹੋ ਮੁੰਡਾ ਜਿਹਨੂੰ ਗਾਦੜੀ ਜੱਟਾਂ ਨੇ ਮੱਝ ਸਨਮਾਨ ਕੀਤੀ ਬੱਬੀ ਜੱਟ ਦੀ ਕਬੱਡੀ ਨਫੀਸ ਗੁੱਜਰ 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 ਦਾ ਕੁੰਡਾ ਗੁੱਜਰ ਹਾਏ ਪਰ ਨੰਬਰ ਬੱਬੀ ਜੱਟ ਦਾ ਨੰਬਰ ਬੱਬੀ ਜੱਟ ਉੱਧਰ ਜਾ ਬੱਬੀ ਜੱਟ ਮਾਰ ਅਸਲਮ ਸਿਆਲ ਸਾਹਿਬ ਦੇ ਕੋਲ ਤੈਨੂੰ ਨਾਮ ਬੱਬੀ ਇੱਧਰ ਆ ਮੇਰੇ ਬੇਟੇ ਬੱਬੀ ਪੁੱਤਰ ਨਾਮ ਤੇ ਲੈ ਜਾ ਬੱਬੀ ਵੀਰ ਡਾਕਟਰ ਰਾਸ਼ਦ ਸਾਹਿਬ ਦੇ ਕੋਲ ਤੇਰੇ ਵਾਸਤੇ ਨਾਮ ਮਾਰ ਅਸਲਮ ਸਿਆਲ ਸਾਹਿਬ ਦੇ ਕੋਲ ਤੇਰੇ ਵਾਸਤੇ ਨਾਮ ਬੰਦੇ ਲਓ ਸਾਹਮਣੇ ਬਲਾਲ ਅਸਲਮ ਗਿੱਲ ਦਾ ਯਾਰ ਬਈ ਆਦਲ ਗਿੱਲ ਦਾ ਯਾਰ ਬਈ ਛੱਬੇ ਥਿਆੜੇ ਦੀ ਟੀਮ ਦਾ ਬਈ ਰਾਇਲ ਕਿੰਗ ਯੂਐਸਏ ਵਾਲਾ ਬਈ ਇਸ ਟਾਈਮ ਲਾਲਾ ਜਾਬਰ ਕਬੂ ਸਾਹਮਣੇ ਪਰ ਭਾਈ ਅਹਿਮਦ ਅਸਲਾਮ ਅਲੈਕਮ ਪੁਆਇੰਟ ਜਿਹੜਾ ਬਈ ਰੇਡਰ ਦਾ ਵੀਰਿਓ ਬਈ ਜਾਬਰ ਕਬੂ ਦਾ ਤਕੜਾ ਪੁਆਇੰਟ ਹੋ ਗਿਆ ਭਾਈ ਅਹਿਮਦ ਗਰਾਊਂਡ ਚ ਚੌਕੜੀ ਮਾਰ ਲਈ ਹੁੰਦੀ ਕੁਛ ਨੀ ਹੁੰਦਾ ਗਰਾਊਂਡ ਤੇ ਮਲੰਗਾ ਦਾ ਧੱਕਾ ਇੱਧਰ ਕਬੱਡੀ ਪਾਉਣ ਵਾਸਤੇ ਮੈਦਾਨ ਚ ਕਰੀ ਫੇਰ ਚਨਾਬ ਦਾ ਪਾਰਲਾ ਕੰਡਾ ਜ਼ਿਲ੍ਹਾ ਹਾਫਜ਼ਾਬਾਦ ਬੰਦੇ ਸ਼ਾਹ ਰਾਇਲਸ ਬੈਲਜੀਅਮ ਕਬੱਡੀ ਕਲੱਬ
ਨਾ ਮੁੰਡੇ ਦਾ ਛਾਨੀ ਬੱਟ, ਉਧਰ ਨਫੀਸ ਗੁੱਜਰ ਰਾਇਲ ਕਿੰਗੀਆ ਸ਼ੇਰ, ਉਧਰ ਵੀ ਛੱਬਾ ਤੇ ਹਾੜਾ ਜੀ ਨਾਲ ਨਾਲ, ਇੱਥੇ ਲੱਗਣਾ ਜੋ ਪਤਾ ਪਟਾਕੇ ਜ਼ੋਰ ਧੱਕਾ ਹੈ। ਇੱਧਰ ਆਸ਼ ਸਾਹਿਬਿਆ, ਇੱਧਰ ਆ ਕੇ ਮਾਰਸਨ ਸਾਹਿਬ ਦੇ ਕੋਲ, ਡਾਕਟਰ ਆਸ਼ ਸਾਹਿਬ ਦੇ ਕੋਲ ਇਨਾਮ, ਭਾਈ ਫੈਸਲ ਮੁਸ਼ਤਾਕ ਤੁਰ ਫਿਰ ਕੇ ਜ਼ਰਾ ਕੌਡੀ। ਇੱਧਰ ਕਬੱਡੀ ਪਾਉਂਦਾ ਪਿਆ ਮੁੰਡਾ, ਬੱਟੂਆਂ ਦਾ ਪੁੱਤ ਨਿਕਲਿਆ ਬਾਬਲੀ ਜੱਟ, ਸਾਈ ਵਾਲੀਆ ਜੱਟ, ਰਾਣਾ ਅਬਦੁੱਲਾ ਆ ਲੱਗਦਾ ਪਤਾ, ਇੱਥੇ ਜ਼ੋਰ, ਇੱਥੇ ਬੱਟੂ, ਇੱਥੇ ਧੂੜਾ ਬੱਟੂ, ਮਕਬੂਲਪੁਰੇ ਦਾ ਮੇਲਾ ਨੰਬਰ ਬੱਟੂ ਦਾ, ਨੰਬਰ ਬੱਟੂ ਦਾ, ਨਮਤਾੜੀਆਂ ਤੇ ਮਾਰਿਆ ਕਰੋ ਯਾਰ, ਐਡੀ ਕੌਡੀ ਹੋ ਗਈ। ਮੀ ਅਬਦੁੱਲ ਵੇਈ ਸਾਹਿਬ ਬੱਟੂ ਇੱਧਰ ਆਓ, ਆਮਨ ਸਰੋਇਆ ਸਾਹਿਬ ਵੱਲੋਂ ਮੇਰੇ ਵੀਰ ਨੂੰ ਤੇਰੇ ਵਾਸਤੇ ਇਨਾਮ ਜਾਏਗਾ। ਉਰਿਆ ਉਹ ਖਲੋ ਜਾ, ਹੋਰ ਤੇ ਕੁਛ ਕਰ ਲਈਏ। ਆਮ ਬੱਟੂ ਮੇਰਿਆ ਬੱਚਿਆ, ਤੇਰੇ ਮੈਂ ਧਾਰ ਲਾਵਾਂ ਲਾਮੇ, ਇੱਧਰ ਆਮ ਉਹ ਆਮਨ ਸਰੋਇਆ ਸਾਹਿਬ ਦੇ ਕੋਲ ਇਨਾਮ ਲੈ ਕੇ ਬੱਟੂ ਵਾਸਤੇ, ਜ਼ਰਾ ਸਦਕੇ ਸਦਕੇ ਫੜਿਓ, ਰਸਤਾ ਦਾ ਕਲੀਅਰ ਕਰਿਓ। ਇੱਧਰ ਕਬੱਡੀ ਆਤਮ ਮਬੀਨ ਦੀ, ਆਤਮ ਮਬੀਨ ਤੇ ਸਟਾਈਲਿਸ਼ ਕੰਬੋ, ਅਲੀ ਜ਼ਫਰ ਕੰਬੋ, ਛੋੜ ਦਿਓ ਛੋੜ ਦਿਓ ਛੋੜ ਦਿਓ, ਹਾਏ ਇੱਧਰ ਲਾ ਲਓ ਮੇਰੇ ਕੋਲ ਆ ਯਾਰ, ਲਾਲਾ ਜਹਰ ਕੰਬੋ ਤਕੜੇ ਪੁਆਇੰਟ ਦਾ ਵਾਧਾ ਕਰ ਗਿਆ ਵੀਰਿਓ, ਸਿਰ ਆ ਕਬੱਡੀ ਵਾਲਾ ਸਿਰ ਆ, ਲਾਲਾ ਚਾਬਰ ਕੰਬੋ ਫੇਰ ਸਾਹਮਣੇ ਸ਼ੇਰ ਦੀ ਛਾਤੀ ਬਣਾ, ਵੱਖਰਾ ਸਟਾਈਲ ਹੈ ਕਬੱਡੀ ਪਾਉਣ ਦਾ, ਓ ਜੋੜ ਜੋੜ ਜੋੜ, ਹੋ ਵੇਖਣ ਵਾਲਾ ਮੁਕਾਬਲਾ ਵੇਖਣ ਵਾਲਾ, ਹੋ ਵੱਜ ਕੇ ਲਲਕਾਰੇ ਵੱਜ ਕੇ ਲਲਕਾਰੇ ਸਿਰਾ, ਹੋ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰਿਓ। ਓ ਨੰਬਰ ਕਿਸ ਕਾ ਹੈ, ਨੰਬਰ ਤੋਂ ਜਾਬਰ ਕੰਬੋ ਕਾ, ਸਦਕੇ ਜ਼ਿੰਦਾਬਾਦ। ਔਰ ਬਹੁਤ ਸ਼ੁਕਰੀਆ ਜਨਾਬੇ ਚੌਧਰੀ ਸਨੀ ਬਾਈ ਜੀ, ਸੋ ਥੈਂਕਸ, ਲਵ ਯੂ ਵੈਰੀ ਮੱਚ, ਕਿ ਜਨਾਬ ਵੱਲੋਂ ਮੇਰੇ ਵਾਸਤੇ ਅਚੇਚਾ ਤੌਰ ਤੇ ਇਨਾਮ ਹੈ। ਸਰ ਫਿਰ ਅੱਗੇ ਆ ਜਾਓ, ਅੱਗੇ ਆ ਜਾਓ, ਫਿਰ ਇੱਥੇ ਲਵ ਯੂ ਅਬੂ ਬਕਰ, ਤੈਨੂੰ ਮੈਂ ਕਿਹਾ ਬਹਿ ਜਾ ਚੌਕੜੀ ਮਾਰ ਲਾ, ਬੰਦਾ ਬਣ ਜਾ ਜੀ। ਇੱਧਰ ਕਲੀਮੁੱਲਾ ਜੱਟ, ਵਿਕਾਸ ਰਹੀਮ ਗੁੱਜਰ, ਪਰ ਨੰਬਰ ਜੱਟ ਦਾ, ਨੰਬਰ ਕਲੀਮੁੱਲਾ ਜੱਟ, ਉਧਰ ਵੀ ਆਤਮ ਜਕੂਬ ਚੀਮੇ ਦਾ ਗੂੜਾ ਪਿਆਰ, ਕਬੱਡੀ ਕੌਣ ਪਾਏਗਾ ਅਗਲੀ ਕਬੱਡੀ ਪਾਉਣ ਵਾਸਤੇ, ਕਰੀ ਫਿਰ ਫੌਜੀ ਬੁੱਢੇ ਚੱਕੀਆ, ਚੱਲ ਪਈ ਫੌਜੀਆ ਪਾ ਦੇ ਕਬੱਡੀ, ਫੌਜੀ ਕਬੱਡੀ 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 ਕਰਦਾ ਪਿਆ, ਗੁੰਦਵਾਂ ਜਿਹਾ ਜੁੱਸਾ, ਰਾਸ਼ਦ ਮਲਕ ਨਾ ਹੋਇਆ ਟੱਚ, ਲੱਗੇਗਾ ਪਤਾ ਕਿ ਪਿੜ ਪੈਣ ਲੱਗਾ ਸਾਨਾ ਦਾ, ਅਤੇ ਕਬੱਡੀ ਦੇ ਮੈਦਾਨ ਅੰਦਰ ਪਤਾ ਲੱਗਣਾ ਹੈ ਜਾਨਾ ਦਾ, ਕਬੱਡੀ ਦੇ ਮੈਦਾਨ ਅੰਦਰ ਪਤਾ ਲੱਗਣਾ ਹੈ ਜਾਨਾ ਦਾ। ਕਬੱਡੀ ਪਾਉਣ ਵਾਸਤੇ ਬੱਬੀ ਜੱਟ, ਬੱਬੀ ਜੱਟ ਸਾਹਮਣੇ ਫਿਰ ਰੇਡ ਪਾਉਣ ਲਈ ਆ ਗਿਆ, ਅਗਲੇ ਪਾਸੇ ਚਾਰ ਰੇ, ਵਿਕਾਸ ਗੁੱਜਰ ਤਿਆਰ ਹੈ, ਹੁਣ ਨਫੀਸ ਗੁੱਜਰ ਤਿਆਰ ਹੈ, ਹੁਣ ਦੇਖਾਂਗੇ ਕਿ ਕਿਹੜਾ ਗੱਭਰੂ ਸਾਹਮਣੇ ਹੋ ਕੇ ਉਹ ਪੁਆਇੰਟ ਦਾ ਵਾਧਾ ਕਰਦਾ ਹੈ। ਉਧਰ ਪੈ ਗਈਆਂ ਪੁੱਠੀਆਂ, ਉਧਰ ਦੇਖੋ ਸਾਹਮਣੇ ਹੋ ਗਿਆ ਸਮਾਨ ਕਬੱਡੀ ਵਾਲਾ ਉਸਤਾਦ ਜੀ, ਕਮਾਲ ਕਬੱਡੀ ਵਾਲੀ, ਉਹ ਮੁਬੱਸ਼ਰ ਸ਼ਹਿਜ਼ਾਦਿਆ ਕੁੰਡਾ ਤੇ ਪਾਇਆ, ਪਰ ਜੱਟ ਕਹਿੰਦਾ ਨਾ, ਇੱਧਰ ਆ ਜੱਟਾ, ਬੱਬੀ ਇੱਧਰ ਆ, ਮਾਰ ਅਸਲਮ ਸਿਆਲ ਸਾਹਿਬ ਦੇ ਕੋਲ, ਤੇਰਾ ਮਾਣ ਡਾਕਟਰ ਰਾਸ਼ਦ ਸਾਹਿਬ ਦੇ ਕੋਲ, ਇਹਸਾਨ ਵੱਟੂ ਸਾਹਮਣੇ ਰੇਡ ਪਾ ਰਿਹਾ ਹੈ, ਆ ਪੁੱਠੀ ਪੈਂਦੀ ਹੈ, ਆ ਸਾਹਿਬ ਜੱਟ ਦਾ ਪੁੱਤਰ ਸ਼ਾਹਦ ਪਿੰਡਰ ਦਾ ਸ਼ਗਿਰਦ ਬਈ, ਇਸ ਟਾਈਮ ਚੌਧਰੀ ਸ਼ਾਹਦ ਪਿੰਡਰ ਦਾ ਸ਼ੇਰ, ਉਹ ਸਾਹਿਬ ਜੱਟ ਦਾ ਪੁੱਤ, ਉਹ ਰਾਣਾ ਅਬਦੁੱਲਾ ਯੂਕੇ ਵਾਲਾ ਤੇਰਾ ਪਿਆਰਾ ਵਾਲਾ, ਹੋਏ ਉਹਨਾਂ ਦਾ ਸ਼ੇਰ ਸ਼ਗਿਰਦ, ਉਹ ਕਰਾ ਗਿਆ ਬੱਲੇ 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 ਬੱਲੇ, ਉਹ ਪਿੰਡਰ ਕਬੱਡੀ ਕਲੱਬ ਨੇ ਹੀਰੇ ਨੇ, ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰਿਓ। ਹਾਂ ਕਹਿੰਦੇ ਬਈ ਇਸ ਟਾਈਮ ਇੱਧਰ ਜੀ, ਚੌਧਰੀ ਅਮਜਦ ਕਟੜਾ ਸਾਹਿਬ ਸ਼ਬਾਦ ਬੰਦੇਸ਼ੇ ਦੇ ਕਜ਼ਨਾ ਵੱਲੋਂ ਵੀ 1000 ਰੁਪਏ ਆਇਆ, ਇਹ ਜੱਫਾ ਐਡਾ ਚੰਗਾ ਲੱਗਾ, 1000 ਗਾਂ ਹੀ ਜਾਏ ਭਾਈ ਅਮਜਦ, ਬਾਬਲੀ ਜੱਟ ਤੇਰੇ ਵਾਸਤੇ ਚੌਧਰੀ ਅਮਜਦ, ਚੌਧਰੀ ਅਮਜਦ ਕਜਲਾ ਸਾਹਿਬ
ਸ਼ਹਿਬਾਜ਼ ਅਲੀ ਬੰਦੇਸ਼ੇ ਦੇ ਕਜਨਾ ਵੱਲੋਂ ਇਹ ਚੇਚਾ ਤੌਰ ਤੇ ਤੇਰਾ 1000। ਇੱਧਰ ਚਨਾਬ ਦਾ ਕੰਡਾ ਸ਼ਾਨੀ ਬੱਟ, ਇੱਧਰ ਬੰਦੇਸ਼ਾ ਰਾਇਲਸ ਬੈਲਜੀਅਮ, ਉੱਧਰ ਘੂਰ ਦੀਆਂ ਪਈਆਂ ਦੋ ਕੰਧਾਂ ਰਾਇਲ ਕਿੰਗ ਦੀਆਂ। ਆ ਨਫੀਸ ਗੁਜਰ ਗੁੱਟ ਫੜਦਾ ਕਿ ਤੇਰੇ ਹੱਥ ਵਿੱਚ ਬਾਂਹ ਕਿਵੇਂ ਦੇਵਾਂ ਭਾਈ। ਲੱਜ ਮਾਰੇ ਮਾਪਿਆਂ ਭਾਈ, ਆ ਕਾਹਨੂੰ ਖਲੋ ਜਾਂਦੇ ਮੇਰੇ ਭਰਾਵੋ, ਖਲੋਂਦੇ ਕਾਹਨੂੰ, ਮਗਰ ਬੰਦੇ ਬੈਠੇ ਆ, ਤੁਹਾਡੀ ਮਰਜ਼ੀ। ਉਸਤਾਦ ਸ਼ਹਿਬਾਜ਼ ਬੰਦੇਸ਼ਾ ਜੀ, ਚੌਧਰੀ ਬਲਾਲ ਬੰਦੇਸ਼ਾ ਜੀ, ਜਨਾਬ ਮਿਰਜ਼ਾ ਮਜਾਹਦ ਜੀ, ਸਦਾ ਕਰੇ ਵੱਡੇ ਭਾਈ ਵਾਲੇ ਬੰਦੇ ਖਲੋਂਦੇ ਆ ਨਾ, ਇੱਕ ਪਿੱਛੋਂ ਲੋਕੀ ਮੈਨੂੰ ਕਹਿਣ ਲੱਗ ਪੈਂਦੇ ਨੇ, ਆ ਤਾਂ ਪੁੱਤਰ ਤੁਹਾਡੇ ਵਾਸਤੇ ਕਹਿਣ ਡਿਆ, ਜ਼ਿਆਦਤੀ ਹੁੰਦੀ, ਨਾਰਾਜ਼ ਹੁੰਦੇ ਨੇ ਬੰਦੇ ਪਿਛਾਂ, ਐਡੀ ਵਧੀਆ ਕੌਡੀ ਗੋਲ ਹੋ ਜਾਂਦੀ ਆ, ਬਹੁਤ ਸ਼ੁਕਰੀਆ। ਇੱਧਰ ਕਬੱਡੀ, ਉਹ ਜੀ ਉਹ ਚਾਂਦ ਵੜਾਇਆ ਚ ਵੜਾਚਾ, ਇੱਧਰ ਆ ਵੜਾਚਾ ਪੁੱਤਰ, ਇੱਧਰ ਆ ਤੇਰੇ ਵਾਸਤੇ ਮਾਰਸਮਨ ਸਿਆਲ ਜੀ ਤੇਰੇ ਵਾਸਤੇ ਇਨਾਮ, ਆ ਮੇਰੇ ਸ਼ਹਿਜ਼ਾਦੇ ਵੀਰ ਲੋ ਤੇਰੇ ਵਾਸਤੇ ਇਨਾਮ, ਆ ਵੀ ਲੈ ਬੱਬਰ ਸ਼ੇਰਾ, ਔਰ ਜ਼ਿੰਦਾਬਾਦ ਇਨਾਮਾਤ ਦੀਆਂ ਬਾਰਿਸ਼ਾਂ, ਅਮਰ ਸ਼ਹਿਜ਼ਾਦ ਮੀਆਂ, ਅਨਮਰ ਸ਼ਹਿਜ਼ਾਦ ਜੀ ਕੌਡੀ ਦੀ ਬੱਲੇ ਬੱਲੇ ਹੋ ਗਈ ਆ। ਇਹ ਮਕਬੂਲਪੁਰ ਦੇ ਭਾਗ ਨੇ ਚੌਧਰੀ ਸੁਲਤਾਨ ਮਹਿਮੂਦ ਸਾਹਿਬ, ਇੱਥੇ ਕੌਡੀ ਵੱਡੀ ਹੋ ਜਾਂਦੀ ਆ। ਆ ਕਬੱਡੀ ਆਤਮ ਮਬੀਨ ਦੀ, ਆਤਮ ਮਬੀਨ ਨਫੀਸ ਗੁੱਜਰ, ਆਤਮ ਮਬੀਨ ਨਫੀਸ ਗੁੱਜਰ, ਆਤਮ ਮਬੀਨ, ਹਾਏ ਇੱਧਰ ਆ ਆਤਮ ਮਬੀਨ, ਇੱਧਰ ਆ ਮਾਰਸਮ ਸਿਆਲ ਸਾਹਿਬ ਦੇ ਕੁੱਪਈ ਅਬੈਦਲਾ। ਹਾਂਜੀ, ਸਾਡੇ ਅੱਜ ਦੇ ਮਹਿਮਾਨ ਖਸੂਸੀ ਜਨਾਬ ਵਿੱਚ, ਹਾਂਜੀ ਚਾਚਾ ਜੀ ਹਾਜੀ ਇਸਾਕ ਸਾਹਿਬ, ਉਹਨਾਂ ਦੇ ਨਾਲ ਸ਼ਹਿਜ਼ਾਦ ਸਾਹਿਬ ਅਲੀ ਇਸਾਕ ਸਾਹਿਬ, ਦੁਬਈ ਵਾਲਾ ਸਾਡਾ ਵੀਰ ਇਸ ਟਾਈਮ ਗਰਾਊਂਡ ਦੇ ਵਿੱਚ ਮੌਜੂਦ ਨੇ, ਖੁਸ਼ ਆਮਦੀ ਦੀ ਜੀਆਂ ਨੂੰ ਕਹਿੰਦੇ ਆ ਜੀ, ਸਾਡੇ ਅੱਜ ਦੇ ਮਹਿਮਾਨ ਖੁਸ਼ੀ ਲੋ ਅਬਦੁੱਲਾ ਰਾਜਪੂਤ, ਓ ਜੀਨੂੰ ਜੀਨੂੰ ਸਵਾਦ ਆਇਆ, ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ, ਆ ਕੀ ਆ ਕੀ ਆ ਹੋ ਮਾਰੇ ਲਲਕਾਰੇ ਰਿਪੀਟਰ ਦਨਾਲੀ ਬਲੀਏ ਹਾਜੀ ਮੁਹੰਮਦ ਇਸਾਕ ਸਾਹਿਬ, ਸਤ ਬਿਸਮਿਲਾ ਜੀ ਆਇਆਂ ਨੂੰ, ਹਾਜੀ ਸ਼ਹਿਜ਼ਾਦ ਇਸਾਕ ਸਾਹਿਬ, ਹਾਜੀ ਮੁਹੰਮਦ ਇਸਾਕ ਸਾਹਿਬ, ਸਾਡੇ ਗਰਾਊਂਡ ਦੀ ਰੌਣਕ। ਭਾਈ ਆਹ ਬੰਦੇ ਬਹਿ ਜਾਓ, ਭਾਈ ਅਹਿਮਦ ਕੁਰਸੀ ਤੇ ਆ ਜਾਓ ਫਿਰ, ਭਾਈ ਅਹਿਮਦ ਕੁਰਸੀ ਮੰਗਾ ਦੀਏ, ਭਾਈ ਅਹਿਮਦ ਕੁਰਸੀ ਮੰਗਾ ਦੀਏ, ਬੰਦੇ ਨਾਰਾਜ਼ ਹੋਣ ਦੇ, ਅੱਲਾ ਦੀ ਕਸਮ ਹੈ, ਕੁਰਸੀ ਲੈ ਲਓ, ਇੱਥੇ ਆ ਜਾਓ, ਇੱਥੇ ਆਉਣਾ ਨਹੀਂ, ਇੱਥੇ ਨਹੀਂ, ਬੰਦਾ ਬਾਹਰ ਕੱਢ ਲਓ, ਉਹ ਨਾਰਾਜ਼ ਹੋਣ ਦੇ, ਮੈਂ ਤਾਂ ਨਹੀਂ ਕਹਿਣ ਡਿਆ, ਤੁਸੀਂ ਵੀ ਚੌਕੜੀ ਮਾਰ ਕੇ ਬਹਿ ਜਾਓ, ਮਿਹਰਬਾਨੀ ਯਾਰ, ਤੁਸੀਂ ਖਲੋ ਜਾਂਦੇ ਹੋ ਤੇ ਬੰਦੇ ਗੁੱਸੇ ਹੋਣ ਲੱਗ ਪੈਂਦੇ ਮੈਨੂੰ ਪਿੱਛੋਂ। ਮੀਆਂ ਆਫਤ ਸਾਹਿਬ ਇੱਥੋਂ ਬੰਦੇ ਘਟਾਓ, ਆ ਭਾਈ ਟੋਪੀ ਵਾਲੇ ਪੁੱਤਰ, ਟੋਪੀ ਵਾਲੇ ਵੀਰ, ਉੱਧਰ ਕਬੱਡੀ ਵੇਖੀਏ, ਕਬੱਡੀ ਇੱਕ ਵਾਰੀ ਫਿਰ ਬੱਬੀ ਜੱਟ, ਬੰਦੇਸ਼ਾ ਰਾਇਲਸ ਬੈਲਜੀਅਮ ਕਬੱਡੀ ਕਲੱਬ, ਜੱਟ ਖੜਕਾ ਕੇ ਪੱਟ ਕੱਢੇਗਾ ਵੱਟ, ਨੰਬਰ ਜੱਟ ਦਾ, ਨੰਬਰ ਜੱਟ ਦਾ, ਪ੍ਰਵੇਸ਼ ਗਾਦੜੀ ਜੱਟ ਜੀ, ਵੇਖਿਓ ਵੇਖਿਓ, ਸਦਕੇ ਜ਼ਿੰਦਾਬਾਦ ਜ਼ਿੰਦਾਬਾਦ। ਲਓ ਸਾਹਮਣੇ ਵੀ ਤਾਂ ਪੱਟੀ ਕਹਿੰਦੇ, ਹੋ ਮੁੰਡਾ ਪੱਟੀਆਂ ਦਾ, ਪਰ ਅਗਲੇ ਪਾਸੇ ਭਾਵਲੀ ਜੱਟ, ਹੋ ਮੁੰਡਾ ਜੱਟਾਂ ਦਾ, ਬ੍ਰੇਨ ਜਿਹੜਾ ਸਟੈਂਡ ਲਾਉਂਦਾ ਜੱਫੇ ਘੈਂਟ ਘੈਂਟ, ਇਹਦਾ ਇੱਥੇ ਹੀ ਅਮਰੀਕਾ, ਇਹਦਾ ਇੱਥੇ ਹੀ ਇੰਗਲੈਂਡ, ਉਹ ਹੁੰਦਾ ਰੇਡਰਾਂ ਦੇ ਭਾਰੀ ਸਾਜ ਜੱਟਦਾ ਸ਼ੇਰ ਪੁੱਤਰ ਪੰਜ ਪਿੰਡ ਵਾਲਾ, ਹੋ ਮੁੰਡਾ ਦਿਲ ਦਾ ਨੀ ਮਾੜਾ, ਪਰ ਕਹਿੰਦੇ ਉਸਤਾਦ ਜਾਨੇ ਦਾ ਸ਼ੇਰ, ਔਰ ਰੇਡਾ ਲਾਉਂਦਾ ਫੇਰ ਫੇਰ, ਵੀ ਰਾਤ ਨਾਨ ਬਾਜਵਾ ਕਹਿੰਦਾ ਅਬੈਦੁੱਲਾ ਜਿੰਨੇ ਜੱਫੇ ਮਾਰੇਗਾ ਉਨੀ ਵਾਰੀ ਦੋ ਦੋ ਹਜ਼ਾਰ ਰੁਪਈਆ, ਚੌਧਰੀ ਅੱਤੂ ਬਾਜਵਾ ਕਹਿੰਦਾ ਪੰਜ ਪੰਜ ਹਜ਼ਾਰ ਕਰ ਦੇ, ਅਦਨਾਨ ਬਾਜਵਾ ਕਹਿੰਦਾ ਇੱਧਰ ਕਬੱਡੀ ਸ਼ਾਨੀ ਬੱਟ ਦੀ, ਸਦਕੇ ਬੱਟਾ ਕੌਡੀ ਕੌਡੀ ਕੌਡੀ, ਅਲੀ ਜ਼ਫਰ ਕੰਬੋ ਪਟਾਕੇ ਜਿੰਨਾ ਪਾਣੀਆਂ ਚ, ਜਿੰਨਾ ਪਾਣੀਆਂ ਚ ਲਾਉਣ ਲੋਕੀ ਤਾਰੀਆਂ, ਪੀਤੇ ਹੋਏ ਨੇ ਸਿਰ ਸਿਰ, ਰਿਕਾਰਡ ਪੈਦਾ ਕੀਤੇ ਹੋਏ ਨੇ, ਕਿ ਜਿਹਨੂੰ ਪਾਇਆ ਹੱਥ ਨਾ ਦਿੱਤਾ ਜਾਣ ਬਈ,
ਸਾਨੂੰ ਆਪਣੀਆਂ ਬਾਹਾਂ ਉੱਤੇ ਬਾਣ ਬਈ। ਹੋ ਜਿਹੜੇ ਮੋਢਿਆਂ ਉਤੋਂ ਸੀ ਠੁੱਕਦੇ ਉਹ ਮੁੱਠੀਆਂ 'ਚ ਮੀਚੇ ਹੋਏ ਆ, ਸਿਰ ਕੱਢਵੇ ਰਿਕਾਰਡ ਪੈਦਾ ਕੀਤੇ ਹੋਏ ਆ। ਪਰ ਆ ਕਹਿੰਦਾ ਇਧਰਲੇ ਪਾਸੇ ਵੀ ਮੁੰਡਾ ਰਿਕਾਰਡ ਕਾਇਮ ਕਰਨ ਨੂੰ ਫਿਰਦਾ, ਇਹ ਰਾਸ਼ਦ ਮਲਕ ਹੈ। ਹੋ ਬੱਲੇ ਬੱਲੇ ਫੌਜੀ ਮਲਕ ਰਊਫ ਸਾਹਿਬ ਵੱਲੋਂ 1000 ਰੁਪਇਆ ਕਮੈਂਟਰੀ ਬਾਕਸ 'ਚ ਮਾਣ ਆਇਆ। ਮਲਕ ਰਊਫ ਜੀ ਸੋ ਥੈਂਕਸ, ਲਵ ਯੂ ਵੈਰੀ ਮੱਚ। ਔਰ ਅਮਜਦ ਕਜਲਾ ਜੀ, ਸ਼ਾਨੀ ਬੱਟ, ਆਪਾਂ ਆਸ਼ਬਾਦ ਬੰਦੇਸ਼ੇ ਦੇ ਕਜਨਾ ਲਓ, ਤੇਰੇ ਵਾਸਤੇ 500 ਰੁਪਇਆ ਫੜਿਆ ਜੀ। ਕਬੱਡੀ ਕੌਣ ਪਾਏਗਾ, ਕਬੱਡੀ ਕੌਣ ਪਾਏਗਾ? ਤੂੰ ਬਾਜਵਾ ਜੀ, ਅਦਨਾਨ ਬਾਜਵਾ ਜੀ ਕਹਿੰਦੇ 5000 ਰੁਪਇਆ ਕਬੱਡੀ ਪੈ ਗਈ ਆਤਮ ਮਬੀਨ ਦੀ। ਸਦਕੇ ਆਤਮ ਮਬੀਨ ਦੀ ਕਬੱਡੀ ਇੱਕ ਵਾਰੀ ਫੇਰ ਮੈਦਾਨ ਦੇ ਵਿੱਚ ਆ ਲੱਗਣਾ ਜੋ ਪਤਾ। ਆਤਮ ਮਬੀਨ ਮਿਸਟਰ ਅਬਦੁਲ ਹਕੀਮ ਦਾ ਪੁੱਤਰ, ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾਂ ਨਾਲ, ਅੱਖ ਦੇ ਚਮਕਣਾ ਕਮਾਲ ਜਿਹਾ ਹੋ ਗਿਆ। ਮਾਰ ਅਸਲਮ ਸਿਆਲ ਜੀ ਨੂੰ ਤੇਰੇ ਵਾਸਤੇ ਇਨਾਮ ਜਾਏਗਾ। ਸਦਕੇ ਰਾਸ਼ਦ ਮਲਕ, ਤੇਰੇ ਵਾਸਤੇ ਵੀ 1000 ਰੁਪਇਆ। ਚੌਧਰੀ ਅਮਜਦ ਕਜਲਾ, ਆ ਪੈ ਗਈ ਜੋ ਕਬੱਡੀ। ਇੱਧਰ ਅਹਿਸਾਨ ਬੱਟੂ, ਬੰਦੇ ਬਹੁਤੇ ਫਿਰਦੇ ਪਏ ਗਰਾਊਂਡ 'ਚ ਭਾਈ, ਬੰਦੇ ਬਹੁਤੇ ਫਿਰਨ ਲੱਗ ਪਏ ਆ, ਬੰਦੇ ਜ਼ਿਆਦਾ ਫਿਰਨ ਲੱਗ ਪਏ ਨੇ, ਇਹ ਜ਼ਿਆਦਤੀ ਹੋਣ ਲੱਗੀ ਗਰਾਊਂਡ ਦੇ ਨਾਲ। ਭਾਈ ਅਮਜਦ ਜੀ, ਮਾਰ ਅਸਲਮ ਜੀ, ਆ ਆਤਮ ਮਬੀਨ, ਭਾਈ ਅਸਲਮ ਆਤਮ ਮਬੀਨ ਵਾਸਤੇ ਚੇਚਾ ਤੌਰ 'ਤੇ ਇਨਾਮ। ਮਾਰ ਅਸਲਮ ਸਿਆਲ ਜੀ, ਚੌਧਰੀ ਅਮਜਦ ਕਜਲਾ ਸਾਹਿਬ ਵੱਲੋਂ ਇਹ 500 ਰੁਪਈਏ ਦੇ ਮਾਣ ਜਾਂਦੇ ਪਏ ਨੇ। ਆਹ ਕਬੱਡੀ ਪਾਉਂਦਾ ਪਿਆ ਕਲੀ ਮੁੱਲਾ ਜੱਟ, ਆਹ ਮੁੰਡੇ ਨੇ ਕੀਤੀ ਕੋਸ਼ਿਸ਼, ਪਰ ਜੱਟ ਤੇ ਸਪੀਡ ਸਟਾਰ ਆ, ਨਾ 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 ਇੱਧਰ ਆ ਜੱਟਾ, ਇੱਧਰ ਆ ਕਲੀ ਮੁੱਲਾ ਸ਼ਹਿਜ਼ਾਦਿਆ, ਤੇਰੇ ਵਾਸਤੇ ਮਾਰ ਅਸਲਮ ਸਿਆਲ ਜੀ ਮਾਣ ਜਾਣਗੇ। ਸਦਕੇ ਜ਼ਿੰਦਾਬਾਦ, ਪੱਟੀ ਸਾਹਮਣੇ ਕਬੱਡੀ ਪਾਉਣ ਲਈ ਤਿਆਰ ਖੜ ਗਏ। ਬੜੈਜ ਹੈ ਨਾਲ, ਬੈਦੁੱਲਾ ਰਾਜਪੂਤ ਹੈ ਨਾਲ, ਮਲਕ ਰਾਸ਼ਦ ਤੇ ਪਰਲੀ ਕੰਨੀ ਦੇ ਦਿਨਾਂ ਵਿੱਚ ਬਣ ਗਿਆ ਸਟਾਰ ਮੁੰਡਾ, ਬਾਪੂ ਜੀ ਦੇ ਗੜ ਦਾ ਹਾਰ, ਉਹ ਬਾਵਲੀ ਜੱਟ। ਪਰ ਹਟ ਜੋ ਪਾਸੇ, ਪੱਟੀ ਕਹਿੰਦਾ ਹਟ ਜੋ ਪਾਸੇ ਕਿ ਜਾਉਣੇ ਮੂੜ ਵਰਗਾ ਭੁਲੇਖਾ ਪਾਉਂਦਾ ਗੱਭਰੂ, ਦੱਸ ਮਿੱਠੀਏ ਨੀ ਮੂੰਹ ਕੀ ਮੰਗਦੀ, ਮਿੱਤਰਾਂ ਦੇ ਕੋਲ ਕਾਹਨੋਂ ਰਹੇ ਸੰਗਦੀ। ਬੱਬੀ ਜੱਟ ਸਾਹਮਣੇ ਕਬੱਡੀ ਪਾ ਰਿਹਾ ਹੈ, ਅਗਲੇ ਪਾਸੇ ਲਾਲਾ ਜਹਰ ਕੰਬੋ ਹੈ, ਨਫੀਸ ਗੁੱਜਰ ਹੈ, ਉਹ ਵਿਕਾਸ ਰਹੀਮ ਗੁੱਜਰ ਹੈ, ਤੇ ਦੇਖਾਂਗੇ ਹੁਣ ਫੇਰ ਕਿਹਦੇ ਨਾਲ ਭੇੜ ਹੁੰਦਾ। ਚਾਰ ਟਾਪ ਦੇ ਤਿਆਰ ਨੇ ਬਾਬੇ ਜਾਨੇ ਦੇ ਸ਼ੇਰ, ਤੇ ਆ ਸਾਹਮਣੇ ਵਿਕਾਸ ਰਹੀਮ ਗੁੱਜਰ, ਮੁੰਡਾ ਗੁੱਜਰਾਂ ਦਾ ਕਹਿੰਦੇ ਹੋਇਆ ਸਾਹਮਣੇ, ਹੁਣ ਦੇਖਾਂਗੇ। ਰੇਡਰ ਵੀ ਨੀ ਘੱਟ, ਜਾਫੀ ਵੀ ਅੱਤ ਹੁੰਦੀ ਹੋਈ, ਬੱਲੇ 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 ਭਾਈ ਆਪਸ ਦੇ ਬਹਿ ਜਾਓ, ਖੁਦਾ ਦਾ ਵਾਸਤਾ ਬਹਿ ਜਾਓ, ਪਿੱਛੋਂ ਸਾਨੂੰ ਗੱਲ ਹੀ ਨਹੀਂ ਕਰਨ ਦੇਣ ਦੇ ਕੋਈ, ਉਹ ਕਹਿੰਦੇ ਬੰਦੇ ਖਲੋ ਜਾਂਦੇ, ਆਹ ਤੇ ਕੋਈ ਗੱਲ ਨਾ ਹੋਈ ਯਾਰ। ਇੱਕ ਦੋ ਵਾਰੀ ਭਾਜੀ ਗੱਲ ਹੁੰਦੀ ਹੈ, ਪਿਛਲੇ ਬੰਦੇ ਚੱਕਣ ਲੱਗ ਪੈਂਦੇ, ਸਾਨੂੰ ਸਾਡਾ ਕਸੂਰ ਹੀ ਕੋਈ ਨਹੀਂ ਬੰਦੇ ਖਿਲਾਰਨ ਦੇ ਵਿੱਚ ਹੈਗਾ, ਐਡਾ ਜ਼ਿਆਦਤੀ ਨਾ ਕਰੋ ਜੀ। ਕਬੱਡੀ ਪਾਉਣ ਵਾਸਤੇ ਇੱਕ ਵਾਰੀ ਫਿਰ ਬੱਟੂਆਂ ਦਾ ਪੁੱਤ ਹਾਜੀ ਮੁਹੰਮਦ ਸਾਖ ਸਾਹਿਬ ਦੀ ਟੀਮ, ਬਾਬਾ ਜਾਨਾ ਕਬੱਡੀ ਕਲੱਬ ਅਲੀ ਰਜ਼ਾ ਵੀਰ ਦੀ ਟੀਮ, ਉਹ ਨਿਕਲ ਕੇ ਲੱਗਾ ਮੁੰਡਾ ਰਾਸ਼ਦ ਮਲਕ। ਰਾਸ਼ਦ ਮਲਕ ਵੱਖਰੇ ਕਰ ਜਾਂਦਾ ਹੈ ਕੰਮ, ਰਾਸ਼ਦ ਨਹੀਂ ਪਿੜ ਵਿੱਚ ਮਾਰਦਾ ਦਮ, ਰਾਸ਼ਦ ਇਹਨੂੰ ਛੇੜ ਕੇ ਕਿਸੇ ਨੇ ਕੀ ਜਾਣਾ, ਬਣ ਜਾਂਦਾ ਹੈ ਲੋਹੇ ਦਾ ਥੰਮ, ਰਾਸ਼ਦ ਆਤਫ ਜਕੂਬ ਚੀਮਾ ਮਿਰਜ਼ਾ ਮੁਜਾਹਦ। ਆਹ ਵੇਖੋ ਮੁੰਡੇ ਨੇ ਜੋੜਾ ਫੜਿਆ, ਚੱਕਾ ਜਾਮ, ਚੱਕਾ ਇੱਧਰ ਆ ਸ਼ਹਿਜ਼ਾਦਿਆ, ਇੱਧਰ ਆ ਮਾਰ ਅਮਜਦ ਸਿਆਲ ਸਾਹਿਬ ਦੇ ਕੋਲ, ਤੇਰੇ ਵਾਸਤੇ ਇਨਾਮ, ਤੇਰੇ ਵਾਸਤੇ ਇਨਾਮ। ਮਾਰ ਅਸਲਮ ਸਿਆਲ, ਚੌਧਰੀ ਮੁਹੰਮਦ ਅਮਜਦ ਕਜਲਾ, ਇਨਾਮਾਂ ਦੀਆਂ ਬਾਰਿਸ਼ਾਂ। ਆ 1000 ਰੁਪਇਆ ਤੇਰਾ, ਆ ਤੇਰਾ ਐਡਵਾਂਸ ਸੀ, ਤਾਂ ਹੁਣ ਨਗਰ ਇਸ ਜੱਫੇ ਦਾ ਨਾਮ ਭਾਈ ਅਮਜਦ ਕੋਲ ਲੈ, ਜੱਫਾ ਵੱਡਾ ਲੱਗਾ ਸ਼ਾਨੀ। ਤੂੰ ਬਾਜਵਾ ਵੀਰ ਜੀ, ਇੱਕ ਮਿੰਟ ਵੀਰ, ਆ ਲੈ ਭਾਈ ਅਮਜਦ ਦੇ ਕੋਲੋਂ ਤੇਰੇ ਵਾਸਤੇ ਇਨਾਮ, ਇਹ ਮਸੇਰਾਂ ਲਓ, ਪਤਰੇ ਨਾ ਫਫੇਰਾਂ ਲਓ ਇਨਾਮ, ਇੱਧਰ ਆ, ਇੱਧਰ ਆ ਮੇਰਾ ਸ਼ਹਿਜ਼ਾਦਿਆ, ਇੱਧਰ ਨੇ ਕੌਡੀ ਵਹਾਵਾਂ, ਉਹ ਜਾ ਭਾਈ ਅਤੂ ਤਾਂ ਅਦਨਾਨ ਬਾਜਵੇ ਮੇਰੇ ਯਾਰਾਂ ਦੇ ਕੋਲ ਜਾ। ਲਵ ਯੂ ਮੇਰਾ ਵੀਰ ਅਬਦੁਲ ਵਹੀਦ ਜੀ, ਤੁਹਾਡਾ ਬਹੁਤ ਸ਼ੁਕਰੀਆ। ਅਮਰ ਭਾਈ, ਅਮਰ ਅੱਗੇ ਆ ਜਾਓ, ਫਿਰ ਇੱਥੇ ਆਓ ਅਮਰ ਭਾਈ ਜੀ, ਪਲੀਜ਼।
ਸਰੀਰ ਸੋਹਣਾ ਬਣਾਇਆ ਹੋਇਆ ਐ ਨੀ ਬਣਾਏ ਕਿਸੇ ਗੱਲ ਨਾਲ ਬਣਾਏ ਨੇ ਕਿਸੇ ਗੱਲ ਨਾਲ ਬਣਾਏ ਨੇ ਵੀਰੇ ਉਹ ਮੁੰਡੇ ਨੇ ਭੋਜ ਤੂੰ ਮੇਰਾ ਵੀਰ ਅਦਨਾਨ ਬਾਜਵੇ ਦੇ ਕੋਲ ਜਾਣਾ ਇੱਕ ਤੇਰੇ ਵਾਸਤੇ ਨਾਮ ਆ ਵੱਡੇ ਭਾਈ ਅਮਰ ਸਰੋਇਆ ਜੀ ਭਾਈ ਵਹੀ ਸਾਹਿਬ ਅਲੀ ਰਜ਼ਾ ਵੀਰ ਜੀ ਇੱਥੇ ਆਓ ਕੁਰਸੀਆਂ ਮੈਂ ਕਰਾ ਲੈਣਾ ਤੁਸੀਂ ਆਓ ਤੁਹਾਡਾ ਦਿਲ ਕਰਦਾ ਕੌਡੀ ਵੇਖਣ ਨੂੰ ਤੁਹਾਨੂੰ ਕੌਡੀ ਵਿਖਾਈ ਤੁਸੀਂ ਆ ਜਾਓ ਆ ਜਾਓ ਮੈਂ ਹੈਗਾ ਜੀ ਆ ਜਾਓ ਉਰੇ ਤੁਸੀਂ ਆ ਜਾਓ ਲਓ ਭਾਈ ਵਹੀ ਆ ਜਾਓ ਹੈਗੀਆਂ ਕੁਰਸੀਆਂ ਤੁਸੀਂ ਆ ਜਾਓ ਯਾਰ ਮੈਂ ਕਹਿ ਰਿਹਾ ਤੁਹਾਨੂੰ ਆਤਮਬੀਨ ਹਾਂਜੀ ਸਾਖ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਆਤਮਬੀਨ ਸਾਹਮਣੇ ਰੇਡ ਪਾਉਣ ਲਈ ਤਿਆਰ ਅਗਲੇ ਪਾਸੇ ਫਿਰ ਹੁਕਮਾਂ ਦਾ ਸ਼ੇਰ ਵੀ ਅੱਜ ਘਟ ਰਹੀ ਹੈਗਾ ਪਰ ਆਹ ਕਹਿੰਦੇ ਬਈ ਪੁਆਇੰਟ ਇਸ ਟਾਈਮ ਫਿਰ ਰੇਡਰ ਦਾ ਵੀਰਿਓ ਪੁਆਇੰਟ ਜਿਹੜਾ ਆਤਮਬੀਨ ਆਪਣੇ ਨਾਵੇਂ ਲਾ ਚੁੱਕੇ ਹੈ ਉਸਤਾਦ ਸ਼ਬਾਸ ਬੰਦੇਸ਼ਾ ਜੀ ਚੌਧਰੀ ਬਲਾਲ ਬੰਦੇਸ਼ਾ ਜੀ ਮੀਆਂ ਜਨਾਬ ਜੁੰਦਾਬਾਦ ਆਖਦੇ ਆ ਚੌਧਰੀ ਰਫਾਕਤ ਦੇ ਯਾਰ ਅੱਜ ਮੈਦਾਨ ਵਿਚਾਲੇ ਸੈੱਟ ਲੈ ਕੇ ਆਏ ਹੋਏ ਹੈ ਔਰ ਮਿਰਜ਼ਾ ਮੁਜਾਹਦ ਦਾ ਮਾਣ ਉਸਤਾਦ ਸ਼ਬਾਜ ਦਾ ਮਾਣ ਉਹ ਕਹਿੰਦੇ ਬੈਦੁੱਲਾ ਰਾਜਪੂਤ ਮੁੰਡਾ ਸਿਰੇ ਦਾ ਖਿਡਾਰੀ ਇੱਥੇ 5000 ਰੁਪਈਆ ਅੱਤੂ ਬਾਜਵਾ ਅਦਨਾਨ ਬਾਜਵਾ 5000 ਆਤਮ ਜਕੂਬ ਚੀਮਾ ਵੱਡਾ ਮਾਣ ਮਾਰ ਅਸਲਮ ਸਿਆਲ ਜੀ ਤੇਰੇ ਵਾਸਤੇ 1000 ਚੌਧਰੀ ਮੁਹੰਮਦ ਅਮਜਦ ਕਜਲਾ ਸਾਹਿਬ ਕਬੱਡੀ ਵੇਖਿਆ ਜੇ ਅਦਨਾਨ ਅੱਤੂ ਦੱਬੀ ਰੇ ਜੀ ਉਹ ਬਾਜਵਿਆ ਸਦਕੇ 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 ਜ਼ਿੰਦਾਬਾਦ ਅਦਨਾਨ ਬਾਜਵਾ ਜੀ 10,000 ਰੁਪਈਆ ਵੀਰ ਕਹਿੰਦਾ ਬਾਜਵਿਆਂ ਦੀ ਜੋੜੀ ਕਹਿੰਦੀ ਆ ਰਾਜਪੂਤ ਜੱਫੇ ਮਾਰੇ 10,000 10,000 ਤਾਲੀ ਤੇ ਮਾਰੋ ਅਮਰ ਸਰੋਇਆ ਵੀਰ ਜੀ ਇੱਥੇ ਆਉਣਾ ਪੈਣਾ ਜੇ ਕੌਡੀ ਵੇਖਣੀ ਆ ਮੀਆਂ ਅਬਦੁੱਲ ਵਹੀ ਸਾਹਿਬ ਪਲੀਜ਼ ਕਮ ਹੇਅਰ ਆਪਕਾ ਦਿਲ ਕਰ ਰਿਹਾ ਹੈ ਚੌਧਰੀ ਮੁਹੰਮਦ ਸਾਖ ਸਾਹਿਬ ਹਾਜੀ ਸਾਹਿਬ ਬਹੁਤ ਸ਼ੁਕਰੀਆ ਮੇਰੇ ਬਜ਼ੁਰਗਾਂ ਵੱਲੋਂ ਇਨਾਮ ਕਿ ਉਹ ਫੜੀ ਜ਼ਰਾ ਮਾਰ ਅਸਲਮ ਸਿਆਲ ਜੀ ਬੰਦੇਸ਼ਾ ਰਾਇਲਸ ਬੈਲਜੀਅਮ ਕਬੱਡੀ ਕਲੱਬ ਦੇ ਸਪਾਂਸਰ ਤੇ ਬਾਬਾ ਰਮਜ਼ਾਨ ਹਾਜੀ ਮੁਹੰਮਦ ਸਾਖ ਸਾਹਿਬ ਵੱਲੋਂ ਸਪਾਂਸਰ ਇਹ 500 ਰੁਪਏ ਆਇਆ ਪਤਾ ਨਹੀਂ ਕਿਹਦੇ ਵਾਸਤੇ ਜਿਹੜਾ ਬੰਦਾ ਜੱਫਾ ਲਾ ਕੇ ਦੇਣਾ ਤੁਹਾਨੂੰ ਮੈਂ ਇੱਧਰ ਹੋ ਜਾਓ ਇੱਥੇ ਬਾਬਲੀ ਜੱਟ ਇੱਥੇ ਇਹ ਹਾਜੀ ਸਾਹਿਬ ਦੀ ਟੀਮ ਦਾ ਰੇਡਰ ਆ ਆ ਮੁੰਡਾ ਬੁੱਢੇ ਚੱਕੀਆ ਇਰਫਾਨ ਫੌਜੀ ਚਾਂਦ ਬੜਾ ਚ ਬੜਾ ਚਾਂਦਾ ਪੁੱਤ ਵੇਖੋ ਕੀ ਕਰਦਾ ਪਿਆ ਪ੍ਰਿੰਸ ਆਫ ਪਾਕਿਸਤਾਨ ਬਾਬਰ ਗੁੱਜਰ ਇੱਧਰ ਆ ਪੁੱਤਰਾ ਤੇਰੇ ਵਾਸਤੇ ਹਾਜੀ ਮੁਹੰਮਦ ਸਾਖ ਸਾਹਿਬ ਦਾ 500 ਰੁਪਏ ਦਾ ਤੇਰਾ ਮਾਨ ਜਾਏਗਾ ਅਲੀ ਰਜ਼ਾ ਦੁਬਈ ਵਾਲੇ ਹਾਜੀ ਮੁਹੰਮਦ ਇਸਹਾਕ ਜੀ ਮੁਹੰਮਦ ਰਿਆਜ਼ ਸਾਹਿਬ ਸਾਊਦੀ ਅਰੇਬੀਆ ਚੌਧਰੀ ਮੀਆਂ ਰਿਆਜ਼ ਸਾਹਿਬ ਮੀਆਂ ਮੁਹੰਮਦ ਅਹਿਸਨ ਯੂਸਫ ਸਾਹਿਬ ਬਹੁਤ ਬਹੁਤ ਸ਼ੁਕਰੀਆ ਮੀਆਂ ਮੁਹੰਮਦ ਅਖਲਾਕ ਸਾਹਿਬ ਬਹੁਤ ਬਹੁਤ ਸ਼ੁਕਰੀਆ ਲਓ ਸ਼ਾਨੀ ਬੱਟ ਸਾਹਮਣੇ ਰੇਡ ਪਾਉਣ ਲਈ ਫਿਰ ਪਰ ਨਫੀਸ ਗੁਜਰ ਉਹ ਬਾਬੇ ਜਾਨੇ ਦਾ ਸ਼ੇਰ ਖੁੱਲ ਗਿਆ ਮੈਦਾਨ ਵਿਚਾਲੇ ਕਹਿੰਦਾ ਹਟ ਜਾਓ ਪਾਸੇ ਓਏ ਅੱਜ ਦਾ ਮੁੰਡਾ ਕਮਾਲਾਂ ਕਰੀ ਜਾਂਦਾ ਪਰ ਬੱਟ ਵੀ ਛਾਇਆ ਹੋਇਆ ਇੱਧਰ ਆਓ ਯਾਰ ਉਸਤਾਦ ਸ਼ਫਾਕ ਸ਼ਾਕਣ ਸ਼ੇਰ ਦਿਲ ਇੱਕ ਬ੍ਰਾਂਡ ਨਾਮ ਕੌਡੀ ਦਾ ਉਧਰ ਉਸਤਾਦ ਨਾਜੀ ਪਹਿਲਵਾਨ ਜੁੰਦਾਬਾਦ ਆਖਣੇ ਆ ਉਸਤਾਦ ਸ਼ਬਾਸ ਬੰਦੇਸ਼ਾ ਜੀ ਇੱਕ ਰੇਡ ਪਾਉਣ ਲਈ ਫਿਰ ਮੈਦਾਨ ਦੇ ਵਿੱਚ ਕਹਿੰਦੇ ਉਹ ਹਟ ਜਾਓ ਪਾਸੇ ਉਹ ਕਬੱਡੀ ਕਹਿੰਦੇ ਬੀਤੇ ਵੀਰ ਦੀ ਹੈ ਉਹ ਵੱਜਦੀਆਂ ਹੋਈਆਂ ਕੈਂਚੀਆਂ ਭਰ ਸਾਹਿਬ ਨੂੰ ਜਗ੍ਹਾ ਦਿਆ ਜੇ ਭਾਈ ਅਮਰ ਸਰੋਇਆ ਸਾਹਿਬ ਨੂੰ ਮੀਆਂ ਅਲੀ ਰਜ਼ਾ ਸਾਹਿਬ ਨੂੰ ਸਾ ਇੱਥੇ ਆਓ ਆਹ ਕੁਰਸੀਆਂ ਜਾ ਗਈਆਂ ਇਹ ਕੁਰਸੀਆਂ ਕਰਿਓ ਭਾਈ ਮੀਆਂ ਸਾਹਿਬ ਨੂੰ ਕੁਰਸੀ ਕਰ ਦਿਓ ਜ਼ਰਾ ਮੀਆਂ ਸਾਹਿਬ ਦਾ ਬਹੁਤ ਦਿਲ ਕਰਨ ਡਿਆ ਮਾਸ਼ਾਅੱਲਾ ਕਬੱਡੀ ਵੇਖਣ ਨੂੰ ਮਾਲਕ ਨਾਲ ਇੱਥੇ ਇੱਥੇ ਕਰਿਓ ਗਰਾਊਂਡੋਂ ਬਾਹਰ ਕਰ ਦਿਓ ਭਾਈ ਹਾਜੀ ਸਾਹਿਬ ਪੱਟੀ ਸਾਹਿਬ ਜ਼ਰਾ ਹਾਂ ਆਹ ਵੇਖੋ
ਮਹਾਰਾ ਅਸਲਮ ਸਿਆਲ ਸਾਹਿਬ ਦੇ ਕੋਲ ਤੇਰੇ ਵਾਸਤੇ ਨਾਮ ਭਾਈ ਫੈਸਲ ਮੁਸ਼ਤਾਕ ਜੀ, ਸੋ ਥੈਂਕਸ ਲਵ ਯੂ ਵੈਰੀ ਮੱਚ ਕੈਸਰ ਮੁਸ਼ਤਾਕ ਜੀ, ਬਹੁਤ ਬਹੁਤ ਸ਼ੁਕਰੀਆ। ਮੀਆਂ ਬ੍ਰਦਰਸ, ਮੀਆਂ ਅਲੀ ਰਜ਼ਾ ਸਾਹਿਬ, ਸਨੀ ਬਾਈ ਜੀ, ਹਾਜੀ ਮੀਆਂ ਮੁਹੰਮਦ ਰਿਆਜ਼ ਸਾਹਿਬ ਆਫ ਸਾਊਦੀ ਅਰੇਬੀਆ, ਸੋ ਥੈਂਕਸ ਮੀਆਂ ਅਹਿਸਨ ਸਾਹਿਬ। ਲਓ ਜੀ, ਜਬੈਰ ਜੱਟ ਤੇ ਮੌਲਵੀ ਵਸੀਮ ਕਹਿੰਦੇ ਅਦਨਾਨ ਬਾਜਵਾ ਤੇ ਅਤੂ ਬਾਜਵੇ ਦੇ ਨਾਲ ਸਾਡਾ ਵੀ ਉਹਨਾਂ ਦੇ 10,000 ਦੇ ਨਾਲ 1,000 ਹੋਰ ਪਾ ਕੇ 11,000 ਕਰ ਦਿਓ। ਜ਼ਿੰਦਾਬਾਦ ਜੀ, ਜੀਓ ਬਾਜਵੇ, ਆ ਤੈਨੂੰ ਮਾਲਕ ਸਲਾਮਤ ਰੱਖੇ। ਇੱਧਰ ਪੈ ਗਈ ਜੋ ਕਬੱਡੀ, ਬੱਬੀ ਜੱਟ ਕਬੱਡੀ 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 ਲਾਪਦਾ ਮੀਆਂ ਅਬਦੁਲ ਵਹੀਦ ਸਾਹਿਬ, ਕਬੱਡੀ ਦਾ ਲੁਤਫ ਲਿਆ ਜੇ ਜ਼ਰਾ, ਸਦਕੇ ਆ ਜਾਂਦਾ ਜੀ ਜੱਟਾਂ ਦਾ ਪੁੱਤ ਚੌਧਰੀ ਨਸਾਰ ਹੈਦਰ ਗਾਦੜੀ ਜੀ। ਆਹ ਬੰਦੇ ਤੇ ਪਾ ਦਿਓ ਭਾਜੀ, ਆਹ ਬੰਦੇ ਭਾਈ ਫੈਸਲ ਦਾ ਮੁੰਡੇ ਮੇਰਾ ਭਾਈ ਹੈ, ਮੈਨੂੰ ਪਤਾ ਵਾ। ਲਓ ਸਾਹਮਣੇ ਮੈਦਾਨ ਵਿਚਾਲੇ ਫੇਰ ਕਬੱਡੀ ਪਾਉਣ ਲਈ ਉਸਤਾਦ ਬਾਬੇ ਜਾਨੇ ਦੀ ਟੀਮ ਵੱਲੋਂ ਸ਼ੇਰ ਖੁੱਲ ਗਿਆ ਦਾ ਜੱਟ ਕਹਿੰਦਾ ਹਟ ਜਾਓ ਪਾਸੇ, ਹਟ ਜਾਓ ਪਾਸੇ ਰਾਣਾ ਗਫਰਾਨ। ਬਈ ਇਸ ਟਾਈਮ ਹਾਂ ਮੁੰਡਾ ਰਾਜਪੂਤ ਸਿਰਾ ਲਾ ਗਿਆ ਕਬੱਡੀ ਵਾਲਾ। ਬਈ ਇਧਰ ਹਫੀਜ਼ ਗੁਜਰ ਦਾ ਇਸ਼ਾਰਾ ਕਹਿੰਦੇ ਕਿ ਪੁਆਇੰਟ ਧਾਵੀ ਦਾ, ਕਿ ਰੈਫਰੀ ਵੀ ਸਾਰੇ ਸੋਹਣੇ ਆ, ਵਿਸਲ ਕਰਾਉਂਦੇ ਬਾ ਕਮਾਲ ਆ, ਉਹ ਸਿਹਤਮੰਦ ਵੀ ਪੂਰੇ ਨੇ, ਤਾਂ ਹੀ ਰਹਿੰਦੇ ਖਿਡਾਰੀਆਂ ਦੇ ਨਾਲ ਨਾਲ ਆ। ਮੀਆਂ ਆਤਮ ਮੁਬੀਨ ਸਾਹਮਣੇ ਕਬੱਡੀ ਪਾਉਣ ਲਈ ਤਿਆਰ ਆ ਵੀ ਰਿਓ ਜੀ। ਆਤਮ ਮੁਬੀਨ ਦੀ ਪੈ ਗਈ ਜੋ ਕਬੱਡੀ, ਚੱਲ ਪਈ ਮੀਆਂ ਪਾ ਦੇ ਕਬੱਡੀ, ਬਰਾਦਰੀ ਸਾਰੀ ਵੇਂਦੀ ਪਈ ਆ। ਨਫੀਸ ਗੁੱਜਰ, ਮੀਆਂ ਮੁਬਸ਼ਰ, ਵਿਕਾਸ ਗੁੱਜਰ, ਵਿਕਾਸ ਗੁੱਜਰ ਟੱਚ ਮਾਰਿਆ ਨੰਬਰ ਆਤਮ ਮੁਬੀਨ ਦਾ, ਨੰਬਰ ਬੰਦੇ ਸ਼ਾਹ ਰਾਇਲਸ ਬੈਲਜੀਅਮ ਦਾ, ਮਾਰਸਨ ਸਿਆਲ ਦੇ ਕੋਲੋਂ ਆ ਕੇ ਲਿਆ ਇਨਾਮ। ਕਬੱਡੀ ਪਾਉਣ ਵਾਸਤੇ ਮੁੰਡਾ ਫੌਜੀ ਮੁਹੰਮਦ ਇਰਫਾਨ, ਰਾਵੀ ਦਾ ਕੰਡਾ ਬੁੱਢੇ ਚੱਕੀਆ ਸ਼ੇਰ ਤੁਰ ਪਿਆ, ਕਬੱਡੀ 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 ਕਰਦਾ ਜਾਫੀ ਮੋਰੇ ਚਾਰ, ਰਾਜਾ ਜ਼ੈਨ ਸਮੁੰਦਰੀ ਵਾਲਾ ਸ਼ੇਰ ਲੱਗਣਾ ਪਤਾ, ਬੰਦੇ ਸ਼ਾਹ ਰਾਇਲਸ ਬੈਲਜੀਅਮ ਕਬੱਡੀ ਕਲੱਬ। ਕਿਸ ਕੋ ਹੱਥ ਲੱਗਾ ਹੈ, ਐਸੇ ਨਹੀਂ ਚੱਲੇਗਾ ਰਾਜਪੂਤ, ਸਦਕੇ ਸਦਕੇ ਅਦਨਾਨ ਬਾਜਵਾ ਮੇਰਾ ਸ਼ਹਿਜ਼ਾਦਾ ਵੀਰਾ। ਹੁਣ ਮੈਂ ਉਹਦੇ ਆਈ ਪੁੱਤਰ, ਉਹਦੇ ਆਈ ਦੌੜ ਕੇ, ਉਹ ਤੂੰ ਮੇਰੇ ਭਰਾ ਦੇ ਕੋਲ ਜਾਈ, ਉਹ ਜਾਈ ਦੌੜ ਕੇ, ਉਹ ਅਦਨਾਨ ਬਾਜਵੇ ਦੇ ਕੋਲ। ਕਬੱਡੀ ਦੇ ਮੈਦਾਨ ਵਿੱਚ ਜਿਹੜੇ ਕਲੀਮੁੱਲਾ ਜੱਟ ਗਿਆ ਹੋਇਆ ਕਿ ਜੱਗ ਸਾਰਾ ਹੋਇਆ ਫੈਨ ਜੱਟ ਦਾ, ਹੁਣ ਯਾਰੋ ਚੱਲਦਾ ਹੈ ਟਾਈਮ ਜੱਟ ਦਾ, ਹੁਣ ਯਾਰੋ ਦੁਨੀਆ ਮਨਾਉਣੀ ਜੱਟ ਰੇ, ਹੋ ਜਾਗੇ ਉੱਤੇ ਟਾਵਰ ਜੀ ਬਣਾਉਣੀ ਜੱਟ ਰੇ, ਹੋ ਜੱਟ ਕਹਿੰਦੇ ਅੱਜ ਕੱਲ ਐਨ ਜੋ ਬਣਦੇ ਆ। ਹਾਂ ਮੁੰਡੇ ਦਾ ਸਿੱਕਾ ਚੱਲਦਾ, ਅਗਲੇ ਪਾਸੇ ਬਾਬੇ ਜਾਨੇ ਦਾ ਸ਼ੇਰ, ਪਰ ਹਟ ਜਾਓ ਪਾਸੇ, ਉਹ ਜੱਟ ਕਿਤੇ ਅੱਡੀ ਲੱਗਦੀ ਆ, ਕਿਤੇ ਲੱਗਦੀ ਨੀ ਹੈਗੀ ਮਿੱਤਰਾਂ ਦੀ। ਗੱਲੀ ਮੁੱਲਾ ਪਲੀਜ਼ ਇੱਧਰ ਆਓ, ਆਪਕੇ ਲਈ ਕੈਸ਼ ਇਨਾਮ। ਮਾਰ ਅਸਲਮ ਸਿਆਲ ਸਾਹਿਬ ਕਬੱਡੀ ਪਾਉਂਦਾ ਪਿਆ ਕਰੀ ਫੇਰ, ਸਦਕੇ ਜ਼ਿੰਦਾਬਾਦ, ਕਬੱਡੀ ਪਾਉਂਦਾ ਪਿਆ ਮੁੰਡਾ ਮੈਦਾਨ ਦੇ ਵਿੱਚ ਇੱਕ ਵਾਰੀ ਫੇਰ। ਕਲੀਮੁੱਲਾ ਆ ਜਾ ਇੱਧਰ, ਇੱਧਰਲੇ ਬੰਨੇ ਲੱਗਣਾ ਜੋ ਪਤਾ, ਪਟਾਕੇ ਜ਼ੋਰ ਧੱਕਾ ਚੱਕ ਲਿਆ ਲੈ ਕਲੀਮੁੱਲਾ ਸ਼ਹਿਜ਼ਾਦਿਆ ਤੇਰੇ ਵਾਸਤੇ, ਮਮ ਮੇਰਾ ਵੀਰ ਚੌਧਰੀ ਅਮਜਦ ਕਜਲਾ, ਇਹ 1,000 ਰੁਪਈਆ ਮੀਆਂ ਅਬਦੁਲ ਵਹੀਦ ਸਾਹਿਬ, ਸੋ ਥੈਂਕਸ ਲਵ ਯੂ ਵੈਰੀ ਵੈਰੀ ਮੱਚ ਜੀ। ਜ਼ਿੰਦਾਬਾਦ ਜ਼ਿੰਦਾਬਾਦ, ਅਤਾਰ ਛੱਡੇ ਜ਼ਰਾ। ਔਰ ਰਾਜਪੂਤ ਲਈ ਇੱਕ ਵਾਰੀ ਤਾੜੀਆਂ ਮਾਰੋ ਮੇਰੇ ਪੰਜਾਬੀ ਵੀਰੋ, ਜ਼ੋਰਦਾਰ ਭਰਾ ਬਣ ਕੇ ਪੈਸੇ ਹੱਥ ਵਿੱਚ ਦਿਓ ਜੀ। ਆ ਜਿਹੜੇ ਮੀਆਂ ਵਹੀ ਸਾਹਿਬ ਪਲੀਜ਼ ਗਰਾਊਂਡ ਜੀ ਰੱਖੋ, ਅਤੂ ਬਾਜਵਿਆ ਸ਼ਹਿਜ਼ਾਦਿਆ, ਮਾਲਕ ਤੈਨੂੰ ਰੱਖੇ ਸਲਾਮਤ। ਸ਼ਬਾਜ ਬੰਦੇਸ਼ੇ ਨੇ ਸ਼ੇਰ ਪਾਲਿਆ, ਬੱਲੇ ਬੱਲੇ ਜਿਹਨੇ ਏਰੀਏ ਚ ਕਰਾ ਦਿੱਤੀ, ਖੇਡਣੀ ਕਬੱਡੀ ਹੈ ਜੱਗ ਉੱਤੇ, ਹੋ ਉਸਤਾਦ ਨੇ ਗੱਲ ਸਮਝਾ ਦਿੱਤੀ, ਉਹ ਸਦਕੇ ਜਾਈਏ ਬਈ ਸਾਡੇ ਬਲਾਲ ਬੰਦੇਸ਼ੇ ਦਾ, ਸ਼ਬਾਜ ਬੰਦੇਸ਼ੇ ਤੋਂ ਜਿੰਨਾ ਕਹਿੰਦੇ ਹੋ ਸਾਡੇ ਪਾਕਿਸਤਾਨ ਦੀ ਟੌਰ ਬਣਾ ਦਿੱਤੀ, ਹੋ ਪਾਕਿਸਤਾਨ ਦੀ ਟੌਰ ਬਣਾ ਦਿੱਤੀ ਐਨ ਕਬੱਡੀ ਐਨ। ਐਸ ਐਚ ਓ ਥਾਣਾ ਸਦਰ ਗੋਜਰਾ ਜਨਾਬ ਵੱਲੋਂ ਮੇਰੇ ਤੋਂ
ਵਾਸਤੇ ਪੰਜਾਬ ਪੁਲਿਸ ਵੱਲੋਂ 1000 ਰੁਪਏ ਦਾ ਮਾਨ ਅਪੜਿਆ। ਬਹੁਤ ਬਹੁਤ ਸ਼ੁਕਰੀਆ ਮੀਆਂ ਬਹੀ ਸਾਹਿਬ। ਇੱਕ ਮਿੰਟ, ਆ ਪੈਸੇ ਯਾਰ ਨਾ ਡਾਓ, ਤੁਹਾਡੀ ਮਿਹਰਬਾਨੀ ਆ, ਬਾਲਾਂ ਵਿੱਚ ਪੇੜਾ ਪਵਾਉਣ ਡਏ ਤੁਸੀਂ ਹੈ, ਨਾ ਕਰੋ ਯਾਰ ਪੈਸੇ ਜਾਣ ਵਾਲਾ ਕੰਮ, ਬਿਲਕੁਲ ਨਾ ਕਰੋ। ਅਗਰ ਮੈਚ ਦਾ ਸਵਾਦ ਆ ਰਿਹਾ ਤੇ ਤਾੜੀ ਮਾਰਦੇ, ਇੱਕ ਵਾਰੀ ਖੁੱਲ ਕੇ ਤਾੜੀ ਮਾਰੋ। ਹਾਂਜੀ, ਤੇ ਮੈਂ ਇੱਕ ਐਲਾਨ ਕਰਨਾ ਜੀ ਸਾਰੇ ਪਿੰਡ ਦੇ ਸਾਰੇ ਇਲਾਕੇ ਦੇ ਸਾਹਮਣੇ ਕਿ ਸਾਡਾ ਵੀਰ ਫੈਸਰ ਵੀਰਾ ਮੇਰੇ ਕੋਲ ਲਾਗੇ ਆ ਬਈ। ਅਸੀਂ ਮੈਂ ਕ੍ਰਿਕਟ ਦੇ ਵਿੱਚ ਬਹੁਤਾ ਸ਼ੌਕੀਨ ਸਾਂ, ਮੈਂ ਕੌਡੀ ਵੱਲ ਕਦੀ ਵੇਖਿਆ ਵੀ ਨਹੀਂ ਸੀ। ਮੇਰੇ ਭਰਾਵਾਂ ਨੇ ਮੈਨੂੰ ਅੱਗੇ ਲਾਇਆ, ਚਲੋ ਕੋਈ ਗੱਲ ਨਹੀਂ, ਇਸ ਪਾਸੇ ਰੁਝਾਨ ਆ ਗਿਆ ਸਾਡਾ ਕੌਡੀ ਵੱਲ। ਕਬੱਡੀ 25 ਤੋਂ 30 ਸਾਲ ਕਰਾਈ ਏ, ਆ ਫੈਸਰ ਮੁਸ਼ਤਾਕ ਦੇ ਵਾਲਦ ਨੇ। ਚਾਚਾ ਜੀ ਮੁਸ਼ਤਾਕ ਖੂਹ ਵਾਲੇ ਦੀ ਕਬੱਡੀ ਏ, ਇੱਕ ਵਾਰੀ ਉਹਨਾਂ ਦੇ ਨਾਂ ਦੀ ਤਾੜੀ ਖੁੱਲ ਕੇ ਮਾਰ ਦਿਓ ਤਾੜੀ। ਇਹ ਉਹ ਹੀ ਕਬੱਡੀ ਜਿਹੜੀ ਚੁੱਕੀ ਜਾ ਰਹੀ ਹੈ, ਜਿਹੜੀ ਉਹ ਹਰ ਸਾਲ ਦੀ ਤਰ੍ਹਾਂ ਹੋਏਗੀ। ਐਤਕੀ ਦਾ ਐਲਾਨ ਮੈਂ ਕਰਨ ਲੱਗਾ, ਸਾਡਾ ਵੀਰ ਫੈਸਰ ਮੁਸ਼ਤਾਕ ਐਲਾਨ ਕਰਾਉਂਦਾ ਪਿਆ, ਅਗਲੇ ਸਾਲ ਕਬੱਡੀ ਦੇ ਵਿੱਚ ਪਹਿਲਾ ਇਨਾਮ 2.5 ਲੱਖ ਰੁਪਇਆ ਹੋਏਗਾ, ਦੂਸਰਾ ਇਨਾਮ ਹੋਏਗਾ 1.5 ਲੱਖ ਰੁਪਇਆ। ਇੱਕ ਟੀਮ ਦਿੱਤੀ ਹੈ ਚੌਰੀ ਟੀਪੂ ਜਲਾਲ ਨੇ, ਉਹਨਾਂ ਦੇ ਨਾਲ ਚੌਧਰੀ ਅਲੀ ਅਬਾਸ ਚੱਠਾ ਸਾਹਿਬ, ਇਹਨਾਂ ਨੇ ਆਲ ਪਾਕਿਸਤਾਨ ਓਪਨ ਦੀ ਟੀਮ ਕਰ ਦਿੱਤਾ ਐਲਾਨ। ਅਗਰ ਕੋਈ ਦੋਸਤ ਐਲਾਨ ਕਰਾਉਣਾ ਚਾਹੁੰਦਾ, ਅਸਾਂ ਸਿਰਫ ਇੱਕ ਵਾਰੀ ਜਾਣਾ, ਅਗਲਾ ਭਰਾ ਕੋਈ ਐਲਾਨ ਕਰਾਉਣਾ ਚਾਹੁੰਦਾ ਕਰਾ ਸਕਦਾ ਜੀ। ਤੇ ਆਪਣਾ ਮਾਰ ਅਸਲਮ ਸਿਆਲ ਨੇ ਜਿਵੇਂ ਆਪਣਾ ਵਾਅਦਾ ਨਿਭਾਇਆ, ਮਲਕ ਅਬਦੁਲ ਕਦੂਸ ਸੁਬਾਨ ਸਾਹਿਬ ਨੇ ਆਪਣਾ ਵਾਅਦਾ ਨਿਭਾਇਆ, ਜਿਵੇਂ ਕਿ ਲਓ ਸਾਹਮਣੇ ਫੇਰ ਕਬੱਡੀ ਪਾਉਣ ਲਈ ਕਿ ਪਾਰ ਰੇਡ ਫੌਜੀਆਂ ਵੇ ਹੋਏ, ਅਗਲੇ ਪਾਸੇ 4 ਖੜੇ ਐ। ਹੋ ਕਹਿੰਦੇ ਹੋ ਬੜੈਜ ਨਾਲ ਭੇੜ ਹੋ ਗਿਆ, ਹਟ ਜਾਓ ਪਾਸੇ, ਬੜੈਜ ਬ੍ਰੈਂਡ ਬਣਿਆ ਹੋਇਆ ਹਾਕਮ ਐਸਾ ਜੋ ਸਾਹਮਣੇ ਮੈਚ ਵੇਖਿਆ, ਬੜਾ ਇੰਜੋਏ ਕੀਤਾ ਇਸ ਮੈਚ ਨੂੰ। ਤੇ ਇਹ ਐਲਾਨ ਮਾਰ ਅਸਲਮ ਸਾਹਿਬ, ਇਹ ਉਹਨਾਂ ਨੇ ਦੂਸਰੀ ਟੀਮ ਦਾ ਐਲਾਨ ਕਰ ਦਿੱਤਾ। ਹਾਂਜੀ ਤਾਵਲਾ ਸਾਹਿਬ, ਹਾਂਜੀ ਠੀਕ ਹੋ ਗਏ ਯਾਰ, ਮਿਹਰਬਾਨੀ ਕਬੱਡੀ ਕਰਾ ਲਈ। ਸ਼ਾਨੀ ਬੱਟ ਕਬੱਡੀ ਪਾ ਰਿਹਾ ਵੀਰਿਓ, ਸ਼ਾਨੀ ਬੱਟ ਤੇ ਅਗਲੇ ਪਾਸੇ ਕਹਿੰਦੇ ਬਈ ਇਸ ਟਾਈਮ ਜਫਰ ਕਮੋ ਹੋ ਗਈ ਲਾਲਾ ਲਾਲਾ ਕੇ ਚੱਲੇ ਗੱਭਰੂ ਦਾ ਨਾਂ, ਲਾਲਾ ਲਾਲਾ ਹੋ ਗਈ ਹਰ ਥਾਂ ਚੱਲੇ ਗੱਭਰੂ ਦਾ ਨਾਂ। ਉਹ ਵੀਤਾ ਭੱਟੀ ਹੈ, ਬਾਬੇ ਰਮਜਾਨ ਜਾਨੇ ਦਾ ਸ਼ਗਿਰਦ ਹੈ, ਉਹ ਜਿਹਨੂੰ ਜੱਗ ਜਾਣਦਾ ਹੋਏਗੀ ਮੌਲਵੀ ਵਸੀਮ ਤੇ ਜ਼ਬੈਰ ਜੱਟ ਪੱਠੇ ਵਾਲਾ। ਆਪਣੇ ਖਰਚੇ ਦੇ ਭਾਵੇਂ 1.5 ਲੱਖ ਦੀ ਟੀਮ ਬਣੇ ਭਾਵੇਂ 2 ਦੀ ਬਣੇ, ਇਹ ਟੀਮ ਜਿਹੜੀ ਅਗਲੇ ਸਾਲ ਇਹ ਦੋਵੇਂ ਮੌਲਵੀ ਵਸੀਮ ਤੇ ਜ਼ਬੈਰ ਜੱਟ ਜਿਹੜਾ ਹੈ ਇਹ ਸਾਡਾ ਵੀਰ ਐਲਾਨ ਕਰਾ ਰਹੇ ਨੇ ਅਗਲੇ ਸਾਲ ਟੀਮ ਦੇਣਗੇ ਜੀ। ਭਾਈ ਬਿੱਲੂ ਬਾਕੀ ਆਪਾਂ ਸਾਰੇ ਐਲਾਨ ਆਪਾਂ ਹਾਫ ਚ ਕਰਦੇ ਜਾ ਕੇ ਮੈਚ ਤੋਂ ਬਾਅਦ ਕਰਦੇ ਆ, ਆਪਾਂ ਹੁਣ ਕਬੱਡੀ ਕਰੀਏ। ਲੋਕੀ ਕਬੱਡੀ ਵੇਖਣ ਦੇ ਨੇ ਫਿਰ ਲੋਕੀ ਕਮੈਂਟਸ ਮਾੜੇ ਕਰਨ ਲੱਗ ਪੈਂਦੇ ਨੇ। ਫਿਰ ਬੱਬੀ ਜੱਟ ਕਬੱਡੀ ਪਾ ਰਿਹਾ ਹੈ, ਉਹ ਬੱਬੀ ਜੱਟ ਕਹਿੰਦੇ ਚਿੱਟੀ ਨਿਕਰ ਪਾ ਕੇ ਮੁੰਡਾ ਬੱਕਰੇ ਬੁਲਾ ਕੇ ਅੱਜ ਜੱਗ ਗਾਵੇ ਬਈ। ਅਗਲੇ ਪਾਸੇ ਲਾਲਾ ਜਫਰ ਕਮੋ ਹੈ ਜਿਹੜਾ USA ਵੀ ਤਕੜਾ ਖੇਡ ਗਿਆ ਹੈ, ਔਰ ਸਾਹਮਣੇ ਪੁਆਇੰਟ ਦਾ ਵਾਧਾ ਇਸ ਟਾਈਮ ਮੁੰਡਾ ਰੇਡਰ ਬੱਬੀ ਜੱਟ ਆਪਣੇ ਨਵੇਂ ਅੰਕਲ ਆਉਂਦਾ ਹੋਇਆ ਵੀਰ। ਕਬੱਡੀ ਪਾਉਂਦਾ ਪਿਆ ਇਰਫਾਨ ਫੌਜੀ, ਗੁੰਦ ਮਾਂਜਿਆ ਜੁੱਸਾ, ਤੁਰ ਪਿਆ ਕਬੱਡੀ 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 ਅਲਾਪਦਾ ਕਿ ਜਦ ਵੀ ਕਾਣੀ ਵੰਡ ਹੁੰਦੀ ਏ
ਕਾਬੇ ਨੂੰ ਹੀ ਕੰਡ ਹੁੰਦੀ ਏ, ਸਿਰ ਦਾ ਭਾਰ ਤੇ ਉਹੀ ਜਾਣੇ ਜਿਹਦੇ ਸਿਰ ਤੇ ਪੰਡ ਹੁੰਦੀ ਏ। ਆਹ ਫੜਿਆ ਚਾਹੁੰਦਾ ਪੁੱਤ ਮੂਆ, ਸਦਕੇ 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 ਚਾਂਦ ਫੜਾਇਆ ਚ। ਪਰ ਨੰਬਰ ਇੱਕ ਵਾਰੀ ਫੇਰ ਅਰਫਾਨ ਫੌਜੀ ਦਾ ਕਬੱਡੀ ਪਾਉਣ ਵਾਸਤੇ ਕਿਹੜਾ ਉਤਰੇਗਾ ਮੈਦਾਨ ਦੇ ਵਿੱਚ, ਤੁਰ ਪਿਆ ਇੱਕ ਵਾਰੀ ਫੇਰ ਨੌਜਵਾਨ ਮੀਆਂ ਤੁਮਬੀਨ, ਉਸਤਾਦ ਸ਼ਾਬਾਦ ਅਲੀ ਬੰਦੇਸ਼ਾ, ਉਧਰ ਆਤਫ ਯਕੂਬ ਚੀਮਾ, ਉਧਰਲੇ ਬੰਨੇ ਮਿਰਜ਼ਾ ਮੁਜਾਹਦ। ਕੌਡੀ 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 ਕੇ ਲਾਓ ਪਿੱਛੇ ਘੋੜੀਆਂ, ਇਹ ਨਹੀਂ ਫਰੀਚਦਾ ਟੱਕੋ ਭਾਵੇਂ ਸਾਰੇ ਇਹਨੂੰ, ਇਹ ਨਹੀਂ ਡਕੀਚਦਾ। ਵਿਕਾਸ ਰਹੀਮ ਗੁੱਜਰ ਕਰਦਾ ਪਿਆ ਕੋਸ਼ਿਸ਼, ਟਰਾਈ ਕਰਦਾ ਪਿਆ ਏਅਰਫੋਰਸ ਦਾ ਜੇ ਐਫ ਥੰਡਰ, ਉਧਰਲੇ ਬੰਨੇ ਆਤਫ ਮਬੀਨ, ਨੰਬਰ ਆਤਫ ਮਬੀਨ ਦਾ। ਧੂੜਾਂ ਪੱਟੀ ਜਾਂਦੇ ਮੁੰਡੇ ਫੱਟੇ ਚੱਕੀ ਜਾਂਦੇ, ਹੋ ਧੂੜਾਂ ਪੱਟੀ ਜਾਂਦੇ ਮੁੰਡੇ ਫੱਟੇ ਚੱਕੀ ਜਾਂਦੇ, ਹੋ ਤਗੜੇ ਤੋਂ ਤਗੜਾ ਜਵਾਨ ਆ ਗਿਆ ਹੋਏ, ਅੱਜ ਦਰਸ਼ਕਾਂ ਨੂੰ ਕਰਨ ਲਈ ਹੈਰਾਨ ਆ ਗਿਆ, ਹੋ ਤਕੜੇ ਤੋਂ ਤਕੜਾ ਜਵਾਨ ਆ ਗਿਆ। ਬੈਦੁੱਲਾ ਰਾਜਪੂਤ ਵੇਖ, ਰਾਜਪੂਤੀ ਆਪਣੇ ਮਾਰਦਾ ਪਾਰੇ, ਹੋ ਚੌਧਰੀ ਸ਼ਬਾਜ ਬੰਦੇਸ਼ੇ ਦਾ ਸ਼ੇਰ ਹੈ, ਇਹ ਪੌਂਦਾ ਜੱਫਿਆਂ ਦਾ ਹਨੇਰ ਹੈ, ਇਹ ਹੱਦੋਂ ਵੱਧ ਦਲੇਰ ਹੈ। ਉਹ ਕਹਿੰਦੇ ਵੱਡੇ 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 ਰੇਡਰਾਂ ਦੇ ਨੱਟ ਬੁਲਟ ਕੱਸਣ ਵਾਲਾ ਜੀ, ਪਰ ਰੇਡਰ ਕਹਿੰਦੇ ਪੁਆਇੰਟ ਦਾ ਵਾਧਾ ਦੇਖਾਂਗੇ ਇਸ ਟਾਈਮ। ਰੋਸ਼ੀ ਉਹ ਭਾਈ ਬਾਹਰ ਜਾਇਓ ਮਿਹਰਬਾਨੀ, ਖੁਦਾ ਰਸੂਲ ਰੋਸ਼ੀ ਕਿੱਥੇ ਆ? ਰੋਸ਼ੀ ਬੱਬਰ ਸਾਹਿਬ, ਹਾਜੀ ਮੁਹੰਮਦ ਸਾਖ ਸਾਹਿਬ, ਸੋ ਥੈਂਕਸ ਲਵ ਯੂ ਵੈਰੀ ਮੱਚ। ਅਲੀ ਰਜ਼ਾ ਵੀਰ ਜੀ, ਹਾਜੀ ਸ਼ਹਿਜ਼ਾਦ ਸਾਖ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਅੱਛਾ ਮੇਰੀ ਗੱਲ ਤੇ ਇੱਕ ਮਿੰਟ ਕੌਡੀ ਰੋਕਿਓ ਯਾਰ, ਭਾਈ ਰੋਕਿਓ ਮਕਬੂਲ। ਹੈਲੋ ਉਸਤਾਦ ਜੀ, ਇੱਕ ਮਿੰਟ, ਆਹ ਬੰਦੇ ਇਹਨੇ ਸਾਡੇ ਅੱਗੇ ਆ ਗਏ, ਸਾਨੂੰ ਕਬੱਡੀ ਲੱਭਦੀ ਨਹੀਂ ਪਈ, ਇਹ ਕਿਹੜਾ ਜ਼ੁਲਮ ਕਰਨ ਡਿਓ ਯਾਰ, ਇੰਨੇ ਬੰਦੇ ਹੱਦ ਹੁੰਦੀ ਯਾਰ। ਆਹ ਵੇਖੋ ਕਿੰਨਾ ਮੁਲਕ ਬਹਿ ਗਿਆ ਉੱਥੇ, ਮੀਆਂ ਬਸ ਸਾਹਿਬ ਜਿਆਤੀ ਜੋ ਲਓ ਸਾਹਮਣੇ ਕਲੀਮ ਉੱਲਾ ਜੱਟ, ਜੱਟ ਕਬੱਡੀ ਪਾ ਰਿਹਾ, ਜੱਟ ਰੋਡ ਨਾਲ ਲੱਗਦੀ ਜ਼ਮੀਨ ਵਰਗਾ, ਜੱਟ ਰੋਡ ਨਾਲ ਲੱਗਦੀ ਜ਼ਮੀਨ ਵਰਗਾ ਹੈ ਵੀਰਿਓ, ਮੁੰਡਾ ਕਲੀਮ ਉੱਲਾ ਜੱਟ ਚੱਕੀ ਫਿਰਦਾ ਆ ਤ ਕਹਿੰਦੇ ਜਵਾਨਾਂ ਫੈਨ ਹੋਇਆ ਜਿਹਦਾ, ਉਤਲੀ ਟੀਮ ਅੱਗੇ ਵੀ ਰਿਕੁਐਸਟ ਆ ਭਰਾ ਤਿਆਰ ਰਹਿਣ ਜੀ। ਇੱਧਰ ਕਬੱਡੀ ਵੀ ਦੇ ਪੱਟੀ ਦੀ, ਪਰ ਰਾਣਾ ਸਹੀ ਸਾਹਿਬ ਦਾ ਇਸ਼ਾਰਾ ਨੰਬਰ ਰੇਡਰ ਦਾ, ਉੱਧਰ ਵੀ ਲੈਂਡਮੈਨ ਰੈਫਰੀ ਵੀਰਾ ਨਦੀਮ ਸ਼ਰਾਜੀ ਜੀ, ਲਵ ਯੂ ਜਿੰਦਾਬਾਦ। ਸਦਕੇ ਇੱਧਰ ਕਬੱਡੀ ਕੌਣ ਪਾਉਂਦਾ ਪਿਆ, ਕਬੱਡੀ ਕੌਣ ਪਾਏਗਾ? ਅਬਦੁਲ ਕਦੂਸ ਮੂਨ ਅਮਾਨ ਜੀ, ਟੀਮ ਰੋਚਾ ਰਾਮ ਦੀ ਲੈ ਕੇ ਗਰਾਊਂਡ 'ਚ ਆ ਜਾਓ ਲੈ ਕੇ ਟੀਮ ਕਬੱਡੀ ਪਾਉਣ ਵਾਸਤੇ। ਛਾਨੀ ਭੱਟ ਤੁਰ ਪਿਆ ਕਬੱਡੀ ਦੇ ਬਾਰੇ ਤੇ ਕਿ ਕੌਡੀ 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 ਲੱਗਣਾ ਪਤਾ, ਨਫੀਸ ਗੁੱਜਰ ਨੂੰ ਵੇਰਦਾ, ਅਲੀ ਜ਼ਫਰ ਕੰਬੋ ਨੂੰ ਘੂਰਦਾ ਘੂਰਦਾ ਪਿਆ, ਮੀਆਂ ਮੁਬੱਸ਼ਰ ਨੂੰ ਵੇਖਣਾ ਪੈਣਾ ਨਿਕਲ ਕੇ ਲੱਗਾ। ਉਧਰ ਵੀ ਛੱਬਾ ਤਿਆੜਾ ਜੀ, ਬਾਬਾ ਰਮਜ਼ਾਨ ਗੁੱਜਰ, ਨਫੀਸ ਗੁੱਜਰ, ਪਰ ਨੰਬਰ ਛਾਨੀ ਪੱਟ ਦਾ। ਪੁੱਤਰ ਅਲੀ ਨਵਾਜ਼, ਮੇਰੇ ਬੇਟੇ ਬਹਿ ਜਾ, ਅੱਲਾ ਤੈਨੂੰ ਸਲਾਮਤ ਰੱਖੇ। ਅਰਫਾਨ ਬਾਤ ਜਿੱਥੇ ਕਿਤੇ ਵੀ ਆਵੇ ਇੱਥੇ ਗਰਾਊਂਡ ਦੇ ਵਿੱਚ ਮੇਰੇ ਕੋਲ ਆ ਜੇ, ਮਾਨ ਬਾਤ ਜਿੱਥੇ ਕਿਤੇ ਵੀ ਹੈਵੇ ਆ ਗਰਾਊਂਡ ਦੇ ਵਿੱਚ ਮੌਜੂਦ, ਇੱਥੇ ਮੈਂ ਮੌਜੂਦ ਆ, ਮੈਨੂੰ ਆਣ ਕੇ ਮਿਲੇ ਜੀ। ਹਾਂਜੀ ਮਿਹਰਬਾਨੀ, 5 ਕਬੱਡੀ ਇੱਕ ਵਾਰੀ ਫੇਰ ਅਰਫਾਨ ਦੀ, ਫੌਜੀ ਅਰਫਾਨ ਕਬੱਡੀ ਦੇ ਬਾਰੇ ਤੇ। ਚੱਲ ਪਈ ਫੌਜੀਆ ਦਿਲੋਂ ਸੀਰਤ ਤੇ ਹੁਣ ਗੁਲਾਮ, ਜਿਹੜੇ ਕਦੇ ਸ਼ੋਖ ਆਦਾਵਾਂ ਨੂੰ ਲੱਭਦੇ ਨਹੀਂ, ਹਿੰਮਤ ਜਿੰਨਾ ਚ ਹੋਵੇ ਪਰਵਾਜ਼ ਵਾਲੀ, ਉਹ ਮੁਵਾਫਕ ਹਵਾਵਾਂ ਨੂੰ ਲੱਭਦੇ ਨਹੀਂ। ਚੱਲ ਪਈ ਹਾਂਜੀ ਆ ਸਾਡਾ ਵੀਰ ਆਸਫ ਲੈਟਾਂ ਵਾਲਾ, ਬਈ ਲੈਟਾਂ ਕਲੀਅਰ ਕਰ ਬਈ ਆਸਫ, ਲੈਟਿੰਗ ਕਲੀਅਰ ਕਰ, ਹੁਣ ਨੇਰਾ ਹੋਣ ਲੱਗਾ, ਤੇਰੀ ਮਿਹਰਬਾਨੀ ਲੈਟਿੰਗ ਕਲੀਅਰ ਕਰ, ਇਸ 5 ਮਿੰਟ ਬਾਅਦ ਠੀਕ ਫਾਈਨਲ ਸ਼ੁਰੂ ਹੋ ਜਾਏਗਾ। ਅਬ ਕੀ ਮਸਲਾ ਹੈ ਭਾਈ ਬਿੱਲੂ ਸਾਹਿਬ, ਹੁਣ ਆ ਕੌਡੀ ਬੜੀ ਦਿਲਚਸਪ ਹੁੰਦੀ, ਆਪਾਂ ਹੁਣ ਕੌਡੀ ਤੇ ਰਹੀਏ, ਆਪਾਂ ਹੁਣ ਕੌਡੀ ਤੇ ਰਹਿਣਾ, 10-12 ਮਿੰਟ ਲੋਕਾਂ ਨੂੰ ਮਜ਼ਾ ਦੇਈਏ ਕੌਡੀ ਦਾ, ਬਾਕੀ ਆਪਾਂ ਐਲਾਨ ਆਪਾਂ ਹਾਫ 'ਚ ਤੇ ਅਗਲੇ ਮੈਚ ਤੋਂ ਪਹਿਲਾਂ ਕਰਾਂਗੇ। ਕਿਉਂ ਮਾਵਾਂ ਸ਼ੇਰਨੀਆਂ ਹੁੰਦੀਆਂ ਨੇ, ਉਹ ਮਾਵਾਂ ਸ਼ੇਰਨੀਆਂ ਹੁੰਦੀਆਂ ਨੇ ਜੋ ਜੰਮਦੀਆਂ ਨੇ ਪੁੱਤ ਦਲੇਰ,
ਹੋਏ ਓਮੀ ਸ਼ਕੀਲ ਜੱਟ ਦਾ ਮਜੰਮਲ ਬੂਟੇ ਜਿਹੇ ਆਉਣੇ ਨੀ ਕਦੇ ਫੇਰ ਹੋ ਮਾਵਾਂ ਸ਼ੇਰਨੀਆਂ ਹੁੰਦੀਆਂ ਨੇ ਜੋ ਜੰਮਦੀਆਂ ਨੇ ਪੁੱਤ ਦਲੇਰ ਹੋ ਸ਼ਕੀਲ ਜੱਟ ਦਾ ਮਜੰਮਲ ਬੂਟੇ ਜਿਹੇ ਆਉਣੇ ਨੀ ਕਦੇ ਫੇਰ ਬਈ ਸਾਡੀ ਕਬੱਡੀ ਦੇ ਬ੍ਰਾਂਡ ਸੀਗੇ ਰੱਬ ਜਨਤਾ ਵਿੱਚ ਘਰ ਦੇਵੇ ਬਈ ਜੱਟ ਨੂੰ ਤਾਂ ਕਹਿੰਦੇ ਬਈ ਮਜੰਮਲ ਨੂੰ ਜੱਗ ਜਾਣਦਾ ਸੀਗਾ ਲਓ ਸਾਹਮਣੇ ਮੈਦਾਨ ਵਿਚਾਲੇ ਵੀਦਾ ਭੱਟੀ ਹੈ ਹਾਂ ਬਾਬੇ ਜਾਨੇ ਦਾ ਸ਼ੇਰ ਹਾਂ ਦੇਖਾਂਗੇ ਅਗਲੇ ਪਾਸੇ ਇਲਾ ਵੀਰ ਤੇ ਪੁਆਇੰਟ ਕਹਿੰਦੇ ਬਈ ਭੱਟੀ ਦਾ ਅੱਜ ਭੱਟੀ ਉਹ ਸ਼ੇਰ ਬਣਿਆ ਹੋਇਆ ਅੱਜ ਭੱਟੀ ਠੱਲਿਆ ਨਹੀਂ ਜਾਂਦਾ ਉਸਤਾਦ ਸ਼ਾਕਣ ਸ਼ੇਰ ਦਿਲ ਜੀ ਖੁਸ਼ ਨੇ ਬਾਬਾ ਜਾਨਾ ਖੁਸ਼ ਆ ਦੂਏ ਪਾਸੇ ਉਸਤਾਦ ਸ਼ਬਾਈ ਬੰਦੇਸ਼ਾ ਜੀ ਵੀ ਖੁਸ਼ ਨੇ ਦਾ ਰੇਡਰ ਆਤਮ ਮਬੀਨ ਸਾਹਮਣੇ ਆ ਗਏ ਫਿਰ ਰੇਡ ਪਾਉਣ ਲਈ ਜੀ ਆਤਮ ਮਬੀਨ ਦੀ ਪੈ ਗਈ ਜੋ ਕਬੱਡੀ ਮੈਦਾਨ ਮਕਬੂਲਪੁਰ ਦਾ ਬਾਬਾ ਜੀ ਮੁਲਕ ਸ਼ਾਹ ਬੁਖਾਰੀ ਦਾ ਮੇਲਾ ਮੀਆਂ ਵਹੀ ਸਾਹਿਬ ਸਨੀ ਵੀਰ ਜੀ ਵੇਖਿਓ ਕਬੱਡੀ ਨਫੀਸ ਗੁੱਜਰ ਕਲਾਵੇ ਭਰਦਾ ਪਿਆ ਗੁੱਜਰ ਬਗਲਾਂ ਚ ਵੜਦਾ ਪਿਆ ਗੁੱਜਰ ਧੌਲਾ ਧੱਫੇ ਚੋਰ ਅੱਤ ਸਿਰਾ ਫਸ ਗਿਆ ਟਰੈਕਟਰ ਖੋਬੇ ਚ ਮੁਜ਼ੰਮਲ ਸਈਦ ਬਾਜਵਾ ਜੀ ਆ ਵੇਖੋ ਨਫੀਸ ਗੁੱਜਰ ਦੇ ਜੱਫੇ ਸ਼ੱਬਾ ਤਿਹਾੜਾ ਜੀ ਅਮਰੀਕਾ ਬਹਿ ਕੇ ਨਾਲ ਨਾਲ ਕਬੱਡੀ ਪਾਉਂਦਾ ਪਿਆ ਮੁੰਡਾ ਇਰਫਾਨ ਫੌਜੀ ਇੱਕ ਵਾਰੀ ਫੇਰ ਕਬੱਡੀ 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 ਉਹ ਵੇਖੋ ਮਲਕ ਸੈਂਡੋ ਮਲਕ ਫਜ਼ਾਨ ਸੈਂਡੋ ਮਲਕ ਜਾਸਿਮ ਸਾਹਿਬ ਦਾ ਪੁੱਤਰ ਆ ਸੈਂਡੋ ਪਰ ਨੰਬਰ ਫੌਜੀ ਦਾ ਨੰਬਰ ਫੌਜੀ ਦਾ ਨੰਬਰ ਫੌਜੀ ਦਾ ਕਬੱਡੀ ਪਾਉਣ ਵਾਸਤੇ ਕੌਣ ਤੁਰਿਆ ਕਲੀਮੁੱਲਾ ਜੱਟ ਲਓ ਸਾਹਮਣੇ ਕਲੀਮੁੱਲਾ ਜੱਟ ਕਬੱਡੀ ਪਾ ਰਿਹਾ ਹਾਂ ਮੁੰਡਾ ਜੱਟਾਂ ਦਾ ਆ ਗਿਆ ਸ਼ੀਸ਼ੇ ਵਾਂਗੂ ਲਿਸ਼ਕਦਾ ਹੋਇਆ ਪਿੰਡਾਂ ਮੁੰਡੇ ਦਾ ਤੇ ਰੱਬਾ ਸ਼ੀਸ਼ਾ ਹੀ ਬਣਾ ਦੇਨੂੰ ਮੈਨੂੰ ਮੇਰੇ ਯਾਰ ਦਾ ਨਾ ਕਿਸੇ ਕੰਮ ਦਾ ਨਾ ਕਿਸੇ ਘਰ ਦਾ ਫੜ ਕੇ ਉਹ ਮੈਨੂੰ ਕਿਸੇ ਕੰਧ ਨਾ ਖਿਲਾਰਦਾ ਹੋਰ ਨਹੀਂ ਤੇ ਮੇਰੇ ਨਾਲ ਜੁਲਫਾਂ ਤੇ ਸਵਾਰਦਾ ਉਹ ਮੁੰਡਾ ਕਹਿੰਦੇ ਕਲੀਮੁੱਲਾ ਜੱਟ ਸਾਹਮਣੇ ਹਾਂ ਕਹਿੰਦੇ ਹਟ ਜਾਓ ਪਾਸੇ ਉਹ ਮੁੰਡਾ ਕਹਿੰਦੇ ਜੱਟਾਂ ਦਾ ਅੱਜ ਬ੍ਰਾਂਡ ਬਣਿਆ ਹੋਇਆ ਹੋਏ ਅਗਲੇ ਪਾਸੇ ਰੇਡ ਫਿਰ ਇਸ ਟਾਈਮ ਕਹਿੰਦੇ ਵੀਦਾ ਭੱਟੀ ਹੈ ਉਹ ਬਾਬੇ ਜਾਨੇ ਦਾ ਸ਼ਗਿਰਦ ਕਬੱਡੀ ਪਾ ਰਿਹਾ ਅਗਲੇ ਪਾਸੇ ਚਾਂਦ ਬੜਾਇਆ ਜਾ ਇਹ ਆ ਵੇਖ ਮੁੰਡਾ ਐਨ ਕਹਿੰਦੇ ਮੱਖਣ ਦੇ ਪੇੜੇ ਵਰਗਾ ਸਾਹਮਣੇ ਹੋਇਆ ਪਰ ਕਹਿੰਦੇ ਪੁਆਇੰਟ ਇਹ ਰੇਡਰ ਦਾ ਨੰਬਰ ਤਾਂ ਕਹਿੰਦੇ ਕਬੱਡਰ ਦਾ ਕਿ ਕਦੇ ਐਵੇਂ ਟਾਈਮ ਕੱਢ ਕੇ ਤੂੰ ਚੰਨ ਮੇਰਿਆ ਉਹ ਹੁੰਦੇ ਕਬੱਡੀ ਦੇ ਮੈਚਾਂ ਦੀ ਤੂੰ ਚੱਸ ਵੇਖ ਲਈ ਉਹ ਕਿਵੇਂ ਭੇੜ ਭੇੜ ਗੱਭਰੂ ਪੁਆਇੰਟ ਲੈਂਦੇ ਆ ਸਾਹੀ ਜਾਫੀ ਦੇ ਰਗੜੇ ਦੀ ਧੱਸ ਵੇਖ ਲਈ ਸ਼ਾਨੀ ਪੱਟ ਉੱਡ ਉੱਡ ਕੇ ਰੇਡਾਂ ਪਾਵੇਗਾ ਉਹ ਕਹਿੰਦੇ ਬਈ ਨਫੀਸ ਦੇ ਜੱਫਿਆਂ ਦੀ ਕੱਸ ਵੇਖ ਲਈ ਕਬੱਡੀ ਖੇਡਣੇ ਦਾ ਪੈ ਜਾਏਗਾ ਸ਼ੌਕ ਜੱਗ ਨੂੰ ਉਹ ਨਸ਼ੇ ਪੱਤਿਆਂ ਦੀ ਹੁੰਦੀ ਫਿਰ ਉਹ ਬੱਸ ਵੇਖ ਲਈ ਹਾਂ ਬੱਸ ਵੇਖ ਲਈ ਹਾਂ ਬੱਲੇ ਬੱਲੇ ਹੋ ਗਈ ਹੈ ਯਾਰ ਆ ਬੰਦੇ ਤੇ ਬਹਿ ਜਾਓ ਖੁਦਾ ਰਸੂਲ ਦਾ ਵਾਸਤਾ ਸਾਨੂੰ ਕਾਹਦੀ ਸਜਾ ਸਾਡਾ ਵੀਰ ਨਵਾਜ਼ ਪੀਰ ਮਹੱਲਾ ਲਾ ਸਾਡਾ ਮਹਿਮਾਨ ਖੁਸ਼ੀ ਹੈ ਇੱਥੇ ਸਟੇਜ ਤੇ ਆ ਜੇ ਸਾਹਮਣੇ ਜਿੱਥੇ ਕਿਤੇ ਵੀ ਆਵੇ ਭਾਈ ਮੁਹੰਮਦ ਨਵਾਜ਼ ਪੀਰ ਮਹੱਲਦੀਆ ਸ਼ਹਿਜ਼ਾਦਾ ਸਟੇਜ ਦੀ ਬਣੇ ਰੌਣਕ ਚੌਧਰੀ ਪੀਰ ਮਹੱਲਦੀਆ ਸ਼ਹਿਜ਼ਾਦਾ ਨਦੀਮ ਉਧਰ ਕਬੱਡੀ ਇੱਧਰ ਕਬੱਡੀ ਕਬੱਡੀ ਲਗਣਾ ਪਤਾ ਪਰ ਨੰਬਰ ਵੀਦੇ ਪੱਟੀ ਦਾ ਵੀਦਨਾ ਬਿਨਾ ਨੰਬਰ ਵੀਦੇ ਪੱਟੀ ਦਾ ਅੱਗੋਂ ਪਰਾਂ ਨੰਬਰ ਵਹੀਦ ਪੱਟੀ ਦਾ ਰਾਣਾ ਸਈਦ ਸਾਹਿਬ ਇੰਟਰਨੈਸ਼ਨਲ ਮੈਚ ਰੈਫਰੀ ਇਸ਼ਾਰਾ ਕੇ ਨੰਬਰ ਬੀਟੇ ਦਾ ਕਬੱਡੀ ਕੈਰੀ ਆਨ ਕਬੱਡੀ ਕੈਰੀ ਆਨ ਕਬੱਡੀ ਪਾਉਣ ਵਾਸਤੇ ਫੌਜੀ ਮੁਹੰਮਦ ਇਰਫਾਨ ਇੱਕ ਵਾਰੀ ਫਿਰ ਬੰਦੇ ਸ਼ਾਹ ਰਾਇਲਸ ਬੈਲਜੀਅਮ ਵੱਲੋਂ ਕਬੱਡੀ ਪਾਉਣ ਵਾਸਤੇ ਮੈਦਾਨ ਦੇ ਵਿੱਚ ਬੱਬੀ ਜੱਟ ਚੱਲ ਪਈ ਜੱਟਾ ਛੇ ਚੱਕ ਚੌਧਰੀ ਵਾਲਾ ਨਸਾਰ ਹੈਦਰ ਗਾਦੜੀ ਜੱਟ ਵੀਰੇ ਜ਼ਬੈਰ ਦੀ ਮੁਹੱਬਤ ਨਾਲ ਨਾਲ ਨਵਾਜ਼ ਬਾਜੇ ਦਾ ਸ਼ਗਿਰਦ ਕੇ ਠੂੰਗਾ ਮਾਰਿਆ ਟੱਲੀ ਵਾਂਗ ਖੜਕਣ ਘੜੇ ਜਿਹੜੇ ਉਸਤਾਦਾਂ ਦੇ ਘੜੇ ਹੋਏ ਨੇ ਅਸੀਂ ਕਿਸੇ ਜਮਾਤੋਂ ਨਹੀਂ ਫੇਲ ਹੁੰਦੇ
ਜੋੜਾਂ ਨਾਲ ਜਿੰਨਾ ਕੈਦੇ ਪੜੇ ਹੋਏ ਨੇ। ਨੰਬਰ ਰੈਫਰੀ ਦਾ ਇਸ਼ਾਰਾ ਡਬਲ ਟੱਚ, ਫਜ਼ਲਿਆ ਗੁੱਜਰ ਦਾ ਇਸ਼ਾਰਾ ਡਬਲ ਟੱਚ। ਅਗਲੀ ਕਬੱਡੀ ਪਾਉਣ ਵਾਸਤੇ ਬੀਤਾ ਪੱਟੀ, ਭਾਰੀ ਭਰਕਮ ਜੁੱਸਾ ਕਿ ਮੈਂ ਦੁੱਲਾ ਪੱਟੀ ਬਾਰਦਾ, ਮੇਰੀ ਮੁਗਲ ਨਾ ਭੁੱਲ ਸਣ ਯਾਦ, ਆਪਣੇ ਪਾਸ ਹੀ ਰੱਖੋ ਆਪਣੀਆਂ ਪੁੱਠੀਆਂ ਸਿੱਧੀਆਂ। ਨੰਬਰ 20 ਦੇ ਪੱਟੀ ਦਾ ਚੌਧਰੀ ਅਮਜਦ ਕਜਲਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸੋ ਥੈਂਕਸ, ਲਫਜ਼ ਜ਼ਿੰਦਾਬਾਦ। ਕਬੱਡੀ ਕੌਣ ਪਾਏਗਾ? ਕਲੀਮੁੱਲਾ ਜੱਟ ਸਾਹਮਣੇ ਕਬੱਡੀ ਪਾਉਣ ਲਈ ਤਿਆਰ ਖੜ ਗਿਆ ਬਈ, ਕਲੀਮੁੱਲਾ ਜੱਟ ਕਹਿੰਦੇ ਆ ਗਿਆ। ਨਫੀਸ ਗੁੱਜਰ ਨਾਲ ਇਸ ਟਾਈਮ ਲਾਲਾ ਜਫਰ ਕੰਬੋ, ਲਾਲੇ ਅਬੈਦੁੱਲਾ ਦਾ ਇਸ ਟਾਈਮ ਲਾਲੇ ਜਾਬਰ ਦਾ ਵੀਰ, ਤੇ ਉਧਰ ਮੁੰਡਾ ਕਹਿੰਦੇ ਪੁੱਠੀ ਪਾਉਣ ਨੂੰ ਫਿਰਦਾ ਸੀਗਾ। ਹਾਏ ਹਾਏ ਜੀ, ਉਹ ਕਲੀਮੁੱਲਾ ਇੱਕ ਵਾਰੀ ਤਾੜੀ ਤੇ ਮਾਰੋ ਮਕਬੂਲਪੁਰ ਵਾਲਿਓ, ਸਾਰਾ ਪਾਕਿਸਤਾਨ ਇਕੱਠਾ ਕੀਤਾ ਇਮਰਾਨ ਰਸ਼ੀਦ ਬਿੱਲੂ ਨੇ, ਅੱਜ ਬੱਲੇ ਬੱਲੇ ਕਰਾਈ ਆ ਕੌਡੀ ਦੀ ਮੀਆਂ ਸ਼ਹਿਜ਼ਾਦ ਅਨਵਰ ਨੇ, ਆ ਪੈ ਗਈ ਜੋ ਕਬੱਡੀ ਚੌਧਰੀ ਬਾਬਰ ਮੁਸ਼ਤਾਕ ਖੂ ਵਾਲੇ। ਸਦਕੇ ਸਦਕੇ ਉਹ ਕਿਆ ਮਸਲਾ ਕਿਆ ਆਪਕੋ ਮੇਰੇ ਕੀ, ਇਤਨਾ ਵੀ ਮੇਰੇ ਕਰੀਬ ਨਾ ਆਓ, ਆਪਕੋ ਸਮਝ ਨਹੀਂ ਆ ਰਹੀ, ਇਹ ਬੰਦਿਆਂ ਬਾਹਰ ਕੋਈ ਨਹੀਂ ਜਾਣਾ ਜੋ ਮਰਜ਼ੀ ਹੋ ਜਾਏ। ਕਲੀਮੁੱਲਾ ਜੱਟ ਚੌਧਰੀ ਅਮਜਦ ਕਜਲਾ ਸਾਹਿਬ, ਮੇਰੇ ਵੀਰ ਵੱਲੋਂ ਤੇਰੇ ਵਾਸਤੇ ਇਨਾਮ ਆ, ਇਹ ਮੈਨੂੰ ਲੱਗਦਾ ਇਹ ਮੈਚ ਜਿੱਤੇਗੀ ਟੀਮ ਬੰਦੇਸ਼ਾ ਰਾਇਲਸ ਬੈਲਜੀਅਮ ਕਬੱਡੀ ਕਲੱਬ ਜਾਂ ਬਾਬਾ ਜਾਨਾ। ਕਲੀਮੁੱਲਾ ਪੁੱਤਰ ਲਓ ਸਾਹਮਣੇ ਸ਼ਾਨੀ ਬੱਟ ਕਬੱਡੀ ਪਾਉਣ ਲਈ ਆ ਗਿਆ, ਸ਼ਾਨੀ ਬੱਟ ਕਹਿੰਦੇ ਮੁੰਡਾ ਬੱਟਾਂ ਦਾ, ਉਹ ਕਹਿੰਦੇ ਇਸ ਟਾਈਮ ਤਿਆਰ ਹੈ। ਅਗਲੇ ਪਾਸੇ ਕਹਿੰਦੇ ਗੁੱਜਰਾਂ ਦਾ ਸ਼ੇਰ ਹੋਇਆ, ਨਫੀਸ ਗੁੱਜਰ ਬਾਬੇ ਜਾਨੇ ਦਾ ਬੱਬਰ ਸ਼ੇਰ ਸ਼ਗਿਰਦ, ਪਰ ਇਹ ਪੁੱਤ ਬੱਟ ਦਾ, ਹੋ ਧੂੜਾਂ ਪਿਆ ਬੱਟ ਦਾ, ਇਹ ਪੁੱਤ ਬੱਟ ਦਾ ਧੂੜਾਂ ਪਿਆ ਬੱਟ ਦਾ। ਕਹਿੰਦੇ ਅਗਲੇ ਪਾਸੇ ਫਿਰ ਵੀਦਾ ਪੱਟੀ ਕਬੱਡੀ ਪਾ ਰਿਹਾ, ਉਸਤਾਦ ਨਾਜੀ ਸਾਹਿਬ ਆਪਣੇ ਸਮੇਂ ਦੇ ਹੀਰੋ ਸੁਪਰ ਸਟਾਰ ਲੈਂਦੇ ਹੋਏ ਸਵਾਦ ਕਬੱਡੀ ਦਾ, ਨਾਲ ਆਪਣਾ ਬੱਬਰ ਸ਼ੇਰ ਪੁੱਤ ਲੈ ਕੇ ਆਏ ਹੋਏ ਹੈ। ਲਓ ਕਹਿੰਦੇ ਰੇਡ ਫਿਰ ਕਹਿੰਦੇ ਮੈਦਾਨ ਵਜੜੇ ਵਹੀਦ ਪੱਟੀ, ਉਹ ਕਬੱਡੀ ਦੇ ਇਸ਼ਕ ਵਾਲਿਆ, ਉਹ ਪੰਜਾਬੀ ਲਹਿਰ ਵਾਲਿਆ, ਉਹ ਵਿਕਾਸ ਵੀਰਿਆ, ਫੋਕਸ ਕਰਨਾ ਉਧਰ, ਚੂਬ ਮਾਰਨਾ ਵੜੈਚ ਛਾ ਗਿਆ। ਹਾਏ ਹਾਏ ਜੀ, ਇਹ ਵੜੈਚਾ ਖੇਡਦਾ ਕਬੱਡੀ, ਉੱਤੋਂ ਕਰਦਾ ਏ ਨਖਰਾ, ਖਿਡਾਰੀਆਂ ਚਾਹੀਦਾ ਏ ਸਟਾਈਲ ਜ਼ਰਾ ਵੱਖਰਾ। ਚਾਂਦ ਵੜੈਚ ਭਾਈ ਸ਼ਹਿਜ਼ਾਦ, ਇੱਥੇ ਆ ਜਾ ਮੇਰਾ ਭਰਾ, ਮੈਂ ਤੇ ਅਜ਼ਾਬ ਬਣ ਗਿਆ ਸਾਡੇ ਵਾਸਤੇ, ਤੂੰ ਹੀ ਅੱਲਾ ਦੀ ਕਸਮੇ, ਆ ਤੇਰੇ ਦੁਆਲੇ ਬੰਦੇ ਬਹੁਤ ਇਕੱਠੇ ਹੁੰਦੇ ਆ, ਇੱਥੇ ਬਹਿ ਜਾ, ਮਿਹਰਬਾਨੀ ਤੇਰੀ ਯਾਰ। ਬੱਬੀ ਜੱਟ ਸਾਹਮਣੇ ਕਬੱਡੀ ਪਾਉਣ ਲਈ ਤਿਆਰ ਹੈ, ਬੱਬੀ ਜੱਟ ਬਹੁਤ ਸੋਹਣਾ ਅੰਦਾਜ਼ ਕਬੱਡੀ ਪਾਉਣ ਦਾ, ਬਈ ਸੋਹਣੇ ਉਸਤਾਦ ਦਾ ਸੋਹਣਾ ਸ਼ਗਿਰਦ ਇਸ ਟਾਈਮ ਕਬੱਡੀ ਪਾ ਰਿਹਾ ਹੈ। ਜਾਫਰ ਕੰਬੋ ਆਪਣਾ ਹੱਕ ਦਾ ਕਰਦਾ ਜਿੱਥੇ ਖੇਡਦਾ, ਪਰ ਇੱਧਰ ਉਹ ਗੁੱਜਰ ਵੀ ਝੌਕੇ ਛੱਕੇ ਮਾਰਦਾ ਹੋਇਆ ਕਬੱਡੀ ਵਾਲੇ ਵਿਕਾਸ ਗੁੱਜਰ, ਬਈ ਉਸਤਾਦ ਬਾਬੇ ਜਾਨੇ ਦਾ ਸ਼ੇਰ ਸ਼ਗਿਰਦਾ, ਉਹ ਮੇਲਾ ਬਣਾ ਦਿੱਤਾ, ਮੇਲਾ ਬਣਾ ਦਿੱਤਾ ਹੋਏ। ਅਗਲੇ ਪਾਸੇ ਉਹ ਕੋਈ ਫਿਰ ਕਬੱਡੀ ਪੈ ਗਈ, ਬਾਲ ਨੇ ਬਾਲ ਨੇ ਬਾਲ ਨੇ, ਉਹ ਕੋਈ ਗੱਲ ਨਹੀਂ, ਨਾ ਕਰੋ ਯਾਰ ਅਖਾੜਾ ਖਰਾਬ ਨਾ ਕਰੋ, ਐਡਾ ਵਧੀਆ ਪੇੜ ਲੱਗਾ, ਕਿਉਂ ਕਬੱਡੀ ਦਾ ਬੇੜਾ ਗਰਕ ਕਰਨ ਡੇ ਜੋ, ਅੱਲਾ ਜਾਣਦਾ। ਅੱਜ ਦੋ ਤਿੰਨ ਮਸਲੇ ਨਾਲ ਨਾਲ ਰਹੇ ਨੇ, ਭਾਈ ਅਮਜਦ ਕਜਲਾ ਸਾਹਿਬ ਮਾਲਕ ਤੁਹਾਨੂੰ ਸਲਾਮਤ ਰੱਖੇ ਜੀ। ਕਬੱਡੀ ਪਾਉਂਦਾ ਪਿਆ ਕਲੀਮੁੱਲਾ ਜੱਟ, ਇੱਕ ਵਾਰੀ ਫਿਰ ਬੰਦੇਸ਼ਾ ਰਾਇਲਸ ਬੈਲਜੀਅਮ, ਉਧਰਲੇ ਬੰਨੇ ਅਲੀ ਜ਼ਫਰ ਕੰਬੋ, ਉਧਰਲੇ ਬੰਨੇ ਅਲੀ ਜ਼ਫਰ ਕੰਬੋ ਕਹਿੰਦਾ ਹੈਲੀਕਾਪਟਰਾਂ ਤੇ ਬਹਿ ਕੇ ਮੁੰਡਾ ਕੌਡੀ ਖੇਡ ਕੇ ਆਇਆ ਅਮਰੀਕਾ 'ਚ। ਇੱਧਰ ਨੰਬਰ ਕਲੀਮੁੱਲਾ ਜੱਟ ਦਾ, ਕਲੀਮੁੱਲਾ ਆ ਤੇਰਾ 500 ਰੁਪਈਆ ਚੌਧਰੀ ਮੁਹੰਮਦ ਅਮਜਦ ਸਾਹਿਬ ਵੱਲੋਂ ਅਚੇਚਾ ਤੌਰ ਤੇ ਸਨਮਾਨ ਆ ਅਮਜਦ ਭਾਜੀ। ਇੱਧਰ ਮਾਰਸਨਮ ਸਿਆਲ ਸਾਹਿਬ ਦੇ ਕੋਲੇ ਨਾਮ ਅਰਫਾਨ ਫੌਜੀ ਦੀ ਕਬੱਡੀ, ਇੱਕ ਵਾਰੀ ਫਿਰ ਫੌਜੀ ਘੂਰਦਾ ਪਿਆ। ਆਹ ਦੇਖੋ ਮਲਕ ਸੈਂਡੋ ਰੈਫਰੀ ਸਾਹਿਬ ਦਾ ਇਸ਼ਾਰਾ ਨੰਬਰ ਜਾਫੀ ਦਾ, ਨੰਬਰ ਜਾਫੀ ਦੇ ਖਾਤੇ। ਹੈਲੋ, ਇਹ ਜਿਹੜੇ ਤਮਾਸ਼ੇ ਨੇ ਨਾ,
ਇਹਨਾਂ ਦੀ ਵਜ੍ਹਾ ਤੋਂ ਆ ਪਲੇਅਰਾਂ ਦਾ ਤਕਰੀਬਨ 3 ਲੱਖ ਦਾ ਨੁਕਸਾਨ ਹੋ ਗਿਆ। ਉਹ ਜਿਹੜੇ ਬੰਦੇ ਬੈਠੇ ਨੇ ਨਾ ਸਾਰੇ, ਆ ਜਿੰਨੇ ਮਹਿਮਾਨ ਲਿਆਂਦੇ ਨੇ ਨਾ, ਖੁਦਾ ਦੀ ਕਸਮ ਹੈ ਪੈਸੇ ਫੜ ਕੇ ਬੈਠੇ ਨੇ ਦੇਣ ਦੀ, ਉਹਨਾਂ ਦੀ ਹਿੰਮਤ ਕੋਈ ਨਹੀਂ ਦਈਏ ਕਿਵੇਂ? ਲੰਗਰ ਲੈ ਕੇ ਆ ਜਾ। ਲਓ ਸਾਹਮਣੇ ਫੇਰ ਬਣੈਚ ਗੁੱਟ ਫੜ ਕੇ ਕੈਂਚੀ ਮਾਰ ਲਈਏ। ਹੋ ਬੱਲੇ ਬੱਲੇ ਹੋ ਗਈ ਉਹ ਬਣੈਚ, ਅੱਜ ਛਾ ਗਿਆ ਉਹ ਗਰਾਊਂਡ ਵਿੱਚ, ਕਹਿੰਦੇ ਸ਼ਾਹ ਕੋਟ ਵਾਲਾ ਆ ਗਿਆ, ਉਹ ਗਰਾਊਂਡ ਵਿੱਚ ਕਹਿੰਦੇ ਸ਼ਾਹ ਕੋਟ ਵਾਲਾ ਆ ਗਿਆ ਇਹ ਸਾਹਮਣੇ ਮੈਦਾਨ ਵਿੱਚ। ਉਹ ਐ ਕਹਿੰਦੇ ਕੈਂਚੀ ਮਾਰਦੇ ਗੁੱਟ ਨੂੰ, ਕੈਂਚੀ ਮਾਰੀ ਫਿਰਦਾ ਉਹ ਸਿਰਾ 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 ਕਬੱਡੀ ਵਾਲਾ, ਤਾੜੀਆਂ ਮਾਰ ਦਿਓ ਮੇਰੇ ਵੀਰੋ। ਹਾਂਜੀ ਇਹੀ ਰਿਹਾ ਕਬੱਡੀ ਪਾਉਂਦਾ ਪਿਆ ਬੱਬੀ ਜੱਟ, ਇੱਕ ਵਾਰੀ ਫੇਰ ਜੱਟ ਦੀ ਕਬੱਡੀ ਫੜਕਦੇ ਡੌਲਿਆਂ ਚ ਪੈਂਦੀਆਂ ਨੇ ਛੱਲੀਆਂ, ਜੱਟ ਦੀਆਂ ਰੇਡਾਂ ਲੋਕੋ ਜਾਂਦੀਆਂ ਨਹੀਂ ਚੱਲੀਆਂ, ਸੋਹਣੀ ਪਾਉਂਦਾ ਪੇੜ ਵਿੱਚ ਰੇਡ ਮਿੱਤਰਾ ਵੇ ਤੂੰ ਕੌਡੀ ਪਾਉਂਦੇ ਗੱਭਰੂ ਨੂੰ ਵੇਖ। ਮੈਚ ਮੁੱਕ ਗਿਆ, ਮੈਚ ਗਿਆ ਜੋ ਮੋਕਲ, ਕੱਲ ਨੂੰ ਚੱਕ ਨੰਬਰ 129 ਗਾ ਬੇ ਗੱਤਾਂ ਬੋਰਡ। ਅੱਜ ਜਨਾਬੇ ਮੀਆਂ ਅਦਨਾਨ ਰਸ਼ੀਦ ਸਾਹਿਬ, ਮੀਆਂ ਅਮਰ ਰਸ਼ੀਦ, ਮੀਆਂ ਮੇਰੇ ਵੀਰ ਇਮਰਾਨ ਰਸ਼ੀਦ ਦਾ ਵੀਰਾ ਅਮਰੀ